ਹਰਮਨ ਟੀਵੀ ਦੇ ਦਰਸ਼ਕੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਬੰਟੀ ਅਗਨੀਹੋਤਰੀ ਇਸ ਅਦਬੀ ਮਹਿਫਿਲ ਦੇ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹਰਮਨ ਟੀਵੀ ਸਮੇਂ ਸਮੇਂ 'ਤੇ ਕਲਾ ਦੇ ਖੇਤਰ ਦੇ ਵਿੱਚ ਉੱਗੀਆਂ ਹਸਤੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦਾ ਰਹਿੰਦਾ ਹੈ ਅਤੇ ਕਰਵਾਉਂਦਾ ਰਹੇਗਾ। ਦੋਸਤੋ, ਅੱਜ ਅਸੀਂ ਜਿਸ ਸ਼ਖਸੀਅਤ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ, ਉਹ ਸੰਬੰਧ ਰੱਖਦਾ ਹੈ ਪੰਜਾਬ ਦੇ ਨਾਲ। ਪੰਜਾਬ ਇੱਕ ਐਸਾ ਏਰੀਆ ਹੈ ਜੋ ਕਿ ਬਾਰਡਰ ਦੇ ਉੱਪਰ ਆ ਜਾਂਦਾ ਹੈ। ਬਾਰਡਰ ਏਰੀਆ ਹੋਣ ਕਰਕੇ ਪੰਜਾਬ ਦੇ ਵਿੱਚ ਸੂਖਮ ਕਲਾਵਾਂ ਉਸ ਉਚਾਈਆਂ ਤੱਕ ਨਹੀਂ ਪਹੁੰਚ ਸਕੀਆਂ, ਉਨੀਆਂ ਪ੍ਰਫੁੱਲਿਤ ਨਹੀਂ ਹੋ ਸਕੀਆਂ ਜਿੰਨੀਆਂ ਕਿ ਹੋਣੀਆਂ ਚਾਹੀਦੀਆਂ ਸੀ। ਪਰ ਸਾਡੇ ਪੰਜਾਬ ਦੇ ਵਿੱਚੋਂ ਜਦੋਂ ਵੀ ਕੋਈ ਕਲਾਕਾਰ ਉੱਠਿਆ ਹੈ ਤਾਂ ਉਸੇ ਜਾਹੋ ਜਲਾਲ ਨਾਲ ਉੱਠਿਆ ਹੈ, ਜਿਸ ਜਾਹੋ ਜਲਾਲ ਦੇ ਨਾਲ ਲੜਾਈਆਂ ਦੇ ਵਿੱਚ ਸਾਡੇ ਵੱਡੇ ਵੱਡੇ ਨਾਮ ਹੋਏ ਨੇ, ਸਾਡੇ ਵੱਡੇ ਵੱਡੇ ਸੈਨਿਕਾਂ ਨੇ ਕੰਮ ਕੀਤਾ ਹੈ, ਔਰ ਸਾਡੇ ਜੋ ਪੰਜਾਬ ਦੇ ਕਲਾਕਾਰ ਹੋਏ ਨੇ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਨਾਮ ਕਮਾਇਆ ਹੈ, ਉਸੇ ਜਾਹੋ ਜਲਾਲ ਨਾਲ ਕੰਮ ਕੀਤਾ ਹੈ। ਸੋ ਅੱਜ ਅਸੀਂ ਇਸ ਲੜੀ ਦੇ ਤਹਿਤ ਬੈਠੇ ਹਾਂ ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ, ਜਿਸ ਨੂੰ ਕਿ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਔਰ ਬਠਿੰਡਾ ਸ਼ਹਿਰ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਕਈ ਹਸਤੀਆਂ ਹੋ ਚੁੱਕੀਆਂ ਨੇ, ਜਿਸ ਤਰ੍ਹਾਂ ਕਿ ਬਲਵੰਤ ਗਾਰਗੀ ਜੀ ਨੇ, ਔਰ ਥੀਏਟਰ ਦੀ ਗੱਲ ਕਰੀਏ ਤਾਂ ਇੱਥੇ ਟੋਨੀ ਬਾਤਿਸ਼ ਜੀ ਕੰਮ ਕਰ ਰਹੇ ਨੇ, ਔਰ ਕਲਾ ਦੇ ਖੇਤਰ ਦੇ ਵਿੱਚ ਹੋਰ ਵੀ ਕਈ ਸ਼ਖਸੀਅਤਾਂ ਨੇ। ਪਰ ਜਿਸ ਕਲਾ ਦੇ ਨਾਲ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਉਸ ਕਲਾ ਦਾ ਨਾਮ ਹੈ ਚਿੱਤਰਕਲਾ। ਪਰ ਇਹ ਇੱਕ ਐਸੀ ਕਲਾ ਹੈ ਕਿ ਜੋ ਜਿਸ ਦੇ ਵਿੱਚ ਇੱਕ ਤੁਹਾਨੂੰ ਧਿਆਨ ਦੀ ਬਹੁਤ ਲੋੜ ਪੈਂਦੀ ਹੈ। ਉਸ ਲੜੀ ਦੇ ਤਹਿਤ ਹੀ ਜਿਸ ਕਲਾਕਾਰ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਕਲਾਕਾਰ ਦਾ ਨਾਮ ਹੈ ਗੁਰਪ੍ਰੀਤ ਸਿੰਘ, ਜੋ ਕਿ ਕਾਫੀ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ। ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਇਸੇ ਸਾਲ ਉਹਨਾਂ ਨੂੰ ਲਲਿਤ ਸਾਹਿਤ ਕਲਾ ਅਕਾਦਮੀ ਤੋਂ ਵੀ ਅਵਾਰਡ ਮਿਲ ਚੁੱਕਿਆ ਹੈ। ਗੁਰਪ੍ਰੀਤ ਜੀ, ਤੁਹਾਡਾ ਇਸ ਅਦਬੀ ਮਹਿਫਿਲ ਦੇ ਵਿੱਚ ਸਵਾਗਤ ਹੈ। ਸ਼ੁਕਰੀਆ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਪ੍ਰੀਤ ਜੀ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਇਹ ਲੜੀ ਚਲਾ ਰੱਖੀ ਹੈ ਹਰਮਨ ਟੀਵੀ ਦੇ ਉੱਪਰ ਕਲਾਕਾਰਾਂ ਨੂੰ ਦਰਸ਼ਕਾਂ ਨਾਲ ਰੂਬਰੂ ਕਰਵਾ ਕੇ ਜੀ ਉਹਨਾਂ ਨੂੰ ਕਲਾ ਤੋਂ ਜਾਣੂ ਕਰਵਾਇਆ ਜਾਵੇ, ਔਰ ਜੋ ਸਾਡੇ ਕਲਾਕਾਰ ਨੇ ਉਹਨਾਂ ਤੱਕ ਪਹੁੰਚਣ, ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਤੁਹਾਨੂੰ ਦਰਸ਼ਕਾਂ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਦਰਸ਼ਕਾਂ ਨੂੰ ਤੁਸੀਂ ਆਪਣੇ ਸ਼ਬਦਾਂ ਵਿੱਚ ਆਪਣੇ ਬਾਰੇ ਦੱਸੋ ਕਿ ਤੁਸੀਂ ਇਹ ਕੰਮ ਕਿੱਥੋਂ ਸਟਾਰਟ ਕੀਤਾ, ਤੁਹਾਡੇ ਅੰਦਰ ਇਹ ਚੈਨਲ ਕਿਵੇਂ ਹੈ। ਬੰਟੀ ਜੀ, ਗੱਲ ਇਹ ਹੈ ਕਿ ਸਾਡੇ ਪੂਰੇ ਖਾਨਦਾਨ 'ਚ ਕਿਸੇ ਨੇ ਕਦੇ ਬ੍ਰਸ਼ ਤੱਕ ਹੀ ਕਲਮ ਚੱਕ ਕੇ ਨਹੀਂ ਸੀ ਦੇਖੀ ਜੀ। ਪਰ ਮੇਰੇ ਪਰਿਵਾਰ ਦੇ ਵਿੱਚ, ਜਦੋਂ ਅਸੀਂ ਜਲੰਧਰ ਤੋਂ ਬੇਸਿਕਲੀ ਬਿਲੋਂਗ ਕਰਦੇ ਹਾਂ, ਜਲੰਧਰ ਤੋਂ ਬਠਿੰਡੇ ਮੇਰੇ ਫਾਦਰ ਸਾਹਿਬ ਆ ਗਏ ਜੀ। ਉਹਨਾਂ ਨੇ ਇੱਥੇ ਆਪਣਾ ਕੰਮ ਕਰ ਲਿਆ ਬਠਿੰਡੇ, ਤੇ ਮੇਰੀ ਜਿਹੜੀ ਸਭ ਤੋਂ ਵੱਡੀ ਭੈਣ ਸੀ, ਚਾਰ ਭੈਣ ਭਰਾ ਜੀ, ਮੈਂ ਸਭ ਤੋਂ ਛੋਟਾ, ਮੇਰੀ ਸਭ ਤੋਂ ਵੱਡੀ ਭੈਣ, ਉਹਦਾ ਪੜ੍ਹਾਈ 'ਚ ਬਹੁਤ ਰੁਚੀ ਸੀ ਤੇ ਪੜ੍ਹਾਈ ਦੇ ਨਾਲ ਨਾਲ ਉਹਦੀ ਲਿਟਰੇਚਰ 'ਚ ਬਹੁਤ ਰੁਚੀ ਸੀ ਜੀ। ਤਾਂ ਸਾਡੇ ਪਰਿਵਾਰ 'ਚੋਂ ਪਹਿਲੀ ਉਹ ਕੁੜੀ ਸੀ ਜਿਹਨੇ ਸਾਨੂੰ ਕਲਾ ਨਾਲ, ਲਿਟਰੇਚਰ ਨਾਲ ਜਾਣੂ ਕਰਾਇਆ ਜੀ ਜੀ। ਤੇ ਮੈਨੂੰ ਲਕੀਤਰਾ ਵਾਹੁਣ ਦੀ, ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ, ਉਹ ਬਚਪਨ ਤੋਂ ਹੀ ਸ਼ੌਂਕ ਸੀ ਜੀ। ਮੈਨੂੰ ਦੱਸਦੇ ਆ, ਮੇਰੇ ਮਾਤਾ ਜੀ ਦੱਸਦੇ ਹੁੰਦੇ ਸੀਗੇ ਜੀ, ਤੇ
ਵੱਡੇ ਭੈਣ ਭਰਾ ਵੀ ਮੈਂ ਉਦੋਂ ਲਿਖਣਾ ਵੀ ਨਹੀਂ ਸੀ ਸਿੱਖਿਆ ਜੀ, ਜਦੋਂ ਮੈਂ ਛੋਟਾ ਹੁੰਦਾ ਲਾਈਨਾਂ ਬਣਾਉਣ ਲੱਗ ਗਿਆ ਜੀ ਜੀ। ਤੁਹਾਡੇ ਤੁਹਾਡੇ ਕਹਿਣ ਤੋਂ ਮੁਤਾਬਿਕ ਜੇ ਅਸੀਂ ਤੁਹਾਡੇ ਸਿਸਟਰ ਨੂੰ ਤੁਹਾਡਾ ਪਹਿਲਾ ਗੁਰੂ ਮੰਨ ਲਈਏ ਤਾਂ ਮੇਰੇ ਖਿਆਲ ਦੇ ਵਿੱਚ ਇਸ ਦੇ ਵਿੱਚ ਕੋਈ ਦੋਰਾ ਹੀ ਨਹੀਂ। ਹਾਂਜੀ, ਤੁਸੀਂ ਕਹਿ ਸਕਦੇ ਹੋ ਪਹਿਲੀ ਮਾਂ ਤੇ ਫਿਰ ਭੈਣ, ਉਹ ਦੋਨੇ ਮੇਰੀਆਂ ਪਹਿਲੀਆਂ ਗੁਰੂ ਨੇ ਜੀ 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 ਜੀ। ਤੇ ਫਿਰ ਜਿਵੇਂ ਹੁੰਦਾ ਵੀ ਕੋਈ ਨਾ ਕੋਈ ਬੱਚੇ ਨੂੰ ਸ਼ਕਤੀ ਪ੍ਰਦਰਸ਼ਨ ਕਹਿ ਲਓ ਕਰਦੇ ਆ ਘਰ ਦੇ, ਕਿ ਬੱਚੇ ਜਿਵੇਂ ਕੋਈ ਮਹਿਮਾਨ ਘਰੇ ਆਉਂਦੇ ਆ ਤਾਂ ਉਹ ਕਹਿੰਦੇ ਵੀ ਹਾਂ ਬੇਟੇ ਕਵਿਤਾ ਸੁਣਾ, ਹਾਂ ਬੇਟੇ ਆਹ ਕਰਕੇ ਦਿਖਾ ਜੀ। ਤਾਂ ਮੈਨੂੰ ਮੇਰਾ ਸ਼ਕਤੀ ਪ੍ਰਦਰਸ਼ਨ ਇਹ ਕੀਤਾ ਜਾਂਦਾ ਸੀ ਕਿ ਜਦੋਂ ਡੈਡੀ ਦੇ ਦੋਸਤ ਕੋਈ ਆਉਂਦੇ ਮਹਿਫਿਲ ਘਰੇ ਲੱਗੀ ਹੁੰਦੀ ਤਾਂ ਉਹ ਕਹਿੰਦੇ ਵੀ ਆ ਜਾ ਬੇਟੇ ਅੰਕਲ ਦਾ ਅੰਕਲ ਦੀ ਫੋਟੋ ਬਣਾ ਕੇ ਦਿਖਾ। ਉਹਨਾਂ ਨੂੰ ਮਤਲਬ ਅਚੇਤ ਮਨ ਨਾਲ ਜਿਵੇਂ ਚਿੱਤਰ ਨਹੀਂ ਕਹਿ ਸਕਦੇ ਹੁਣ, ਕਹਿੰਦੇ ਸੀ ਅੰਕਲ ਦੀ ਫੋਟੋ ਬਣਾ ਕੇ ਦਿਖਾ ਜੀ ਜੀ। ਤੇ ਮੈਂ ਫਿਰ ਅੰਕਲ ਜਿਹੜੇ ਵੀ ਆਏ ਹੁੰਦੇ ਉਹਨਾਂ ਦੀ ਪੈਨ ਨਾਲ ਕਾਪੀ ਦੇ ਉੱਤੇ ਤਸਵੀਰ ਬਣਾਉਣਾ ਜੀ, ਉਹ ਮੇਰੀ ਸ਼ੁਰੂਆਤ ਸੀ ਸਰ। ਅੱਛਾ, ਇਹ ਤੁਸੀਂ ਦੱਸੋ ਵੀ ਤੁਸੀਂ ਉਸ ਨੂੰ ਸ਼ੁਰੂਆਤ ਨੂੰ ਤੁਸੀਂ ਤੁਹਾਨੂੰ ਕਦੋਂ ਲੱਗਿਆ ਕਿ ਜਿਹੜੀ ਇਹ ਮੈਂ ਸ਼ੁਰੂਆਤ ਕੀਤੀ ਹੈ ਮੈਂ ਇਸ ਨੂੰ ਅੱਗੇ ਜਾ ਕੇ ਆਪਣਾ ਟੀਚਰ ਬਣਾਉਣਾ ਹੈ ਜਾਂ ਇਸ ਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ ਹੈ, ਇਹ ਤੁਹਾਨੂੰ ਕਦੋਂ ਤੋਂ ਲੱਗਣਾ ਸ਼ੁਰੂ ਹੋਇਆ? ਸ਼ਾਇਦ ਮੈਂ ਚੁਣਿਆ ਨਹੀਂ, ਮੈਨੂੰ ਸਕੂਲ 'ਚ ਮੇਰੇ ਨਾਲ ਵਾਲੇ ਦੋਸਤ ਜਦੋਂ ਮੈਂ ਪੇਂਟਿੰਗ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਦਾ ਜੀ ਤਾਂ ਉਹ ਆਖਦੇ ਗਏ ਪੇਂਟਰ ਬਾਬੂ ਕਹਿ ਕੇ ਬੁਲਾਉਂਦੇ ਹੁੰਦੇ ਸੀ ਮੈਨੂੰ ਜੀ, ਵੀ ਪੇਂਟਰ ਬਾਬੂ ਆ ਗਿਆ ਆਪਣਾ, ਪੇਂਟਰ ਆ ਗਿਆ ਜੀ ਜੀ। ਜਾਂ ਟੀਚਰਸ ਨੇ ਵੀ ਕਈ ਵਾਰੀ ਬੁਲਾਉਣਾ, ਹਾਂ ਵੀ ਪੇਂਟਰ ਆ ਜਾ ਜੀ। ਤੇ ਜਾਂ ਮੈਂ ਥੀਏਟਰ ਵਿੱਚ ਜਾਂ ਬਾਕੀ ਸਾਰੀ ਐਕਟੀਵਿਟੀਜ਼ ਪਾਰਟੀਸਪੇਟ ਕਰਦਾ ਸੀ, ਉਸ ਕਰਕੇ ਐਜ਼ ਅ ਕਲਾਕਾਰ ਐਜ਼ ਅ ਆਰਟਿਸਟ ਟਾਈਪ ਮੇਰਾ ਨਾਮ ਹੋ ਗਿਆ ਸੀ ਕਿ ਕਲਾਕਾਰ ਸੀ ਜੀ ਜੀ। ਪਰ ਉਦੋਂ ਵੀ ਮੈਨੂੰ ਇਹ ਹੁੰਦਾ ਸੀ ਕਈ ਵਾਰੀ ਕਿ ਮੈਂ ਇਸ ਫੀਲਡ ਜਾਣਾ, ਪਰ ਕੋਈ ਗਾਈਡੈਂਸ ਪ੍ਰੋਪਰ ਨਹੀਂ ਸੀ ਕਿ ਇਸ ਫੀਲਡ ਦੇ ਵਿੱਚ। ਭੈਣ ਜ਼ਰੂਰ ਪੜ੍ਹੀ ਸੀ, ਪਰ ਵੱਡੀ ਛੋਟੀ ਵੀ ਪੜ੍ਹੀ, ਬ੍ਰਦਰ ਵੀ ਪੜ੍ਹ ਰਿਹਾ ਸੀ, ਪਰ ਉਹਨਾਂ ਨੂੰ ਵੀ ਚਿੱਤਰਕਲਾ ਆਪਣਾ ਬਠਿੰਡਾ ਏਰੀਆ ਹੀ ਇਸ ਤਰ੍ਹਾਂ ਦਾ ਸੀ ਕਿ ਸਾਡੇ ਇੱਥੇ ਕਲਾ ਨਾਲ ਸੰਬੰਧਿਤ ਬਾਹਲੀ ਜਾਣਕਾਰੀ ਹੈ ਨਹੀਂ ਸੀ ਜੀ। ਆਰਟ ਕਾਲਜ ਤਾਂ ਪੂਰੇ ਪੰਜਾਬ 'ਚ ਹੀ ਅਜੇ ਤੱਕ ਹੈ ਨਹੀਂ, ਬਿਲਕੁਲ ਟਰਾਈ ਏਰੀਆ ਕਹਿ ਸਕਦੇ ਹਾਂ ਹਾਂਜੀ। ਔਰ ਬਠਿੰਡਾ ਤਾਂ ਤੁਹਾਨੂੰ ਪਤਾ ਹੈ ਜੀ ਕਿ ਵਾਇਆ ਬਠਿੰਡਾ ਕਰਕੇ ਜਾਣਿਆ ਜਾਂਦਾ ਬਿਲਕੁਲ। ਜਿਹੜਾ ਸਿੱਖਿਆ ਦੇ ਆਮ ਸਿੱਖਿਆ ਦੇ ਖੇਤਰ 'ਚ ਇੰਨਾ ਪਛੜਿਆ ਹੋਇਆ ਏਰੀਆ ਸੀ, ਕਲਾ ਦੀ ਸਿੱਖਿਆ 'ਚ ਸਾਡੇ ਕੋਲ ਕਿੱਥੇ ਜਾਣਕਾਰੀ ਹੋਣੀ ਸੀ ਜੀ। ਤਾਂ ਮੈਂ 10ਵੀਂ ਤੋਂ ਬਾਅਦ ਮੈਨੂੰ ਮੇਰੇ ਪਿਤਾ ਜੀ ਨੇ ਆਖਿਆ ਕਿ ਇੱਦਾਂ ਤੂੰ ਸਾਡੇ ਇੰਸਟਰੂਮੈਂਟ ਇੰਜੀਨੀਅਰਿੰਗ ਹੁੰਦਾ ਇੰਜੀਨੀਅਰ ਹੁੰਦਾ ਜੋਬ ਇੱਕ ਤੋਂ ਜੋ ਕਰ ਲਏ ਤਾਂ ਆਪਾਂ ਉਸ ਪਾਸੇ ਤੇਰਾ ਸੈਟਿੰਗ ਹੋ ਸਕਦੀ ਹੈ ਜੀ। ਤਾਂ ਮੈਂ ਕਿੱਥੋਂ ਜਾਣਾ ਸੀ ਜੀ ਫਾਈਨ ਆਰਟਸ 'ਚ? ਮੈਂ ਤਾਂ ਪਹਿਲਾਂ ਇੰਸਟਰੂਮੈਂਟੇਸ਼ਨ ਦਾ ਡਿਪਲੋਮਾ ਕੀਤਾ ਸਾਇੰਸ ਦੇ ਫੀਲਡ 'ਚ ਗਿਆ ਜੀ ਜੀ ਜੀ। ਅਤੇ ਜਦੋਂ ਡਿਪਲੋਮਾ ਪੂਰਾ ਹੋਇਆ ਜੀ, ਡਿਪਲੋਮਾ ਪੂਰਾ ਹੋਣ ਤੋਂ ਬਾਅਦ ਮੈਨੂੰ ਲੱਗਿਆ ਡਿਪਲੋਮੇ 'ਚ ਵੀ ਚੰਗੇ ਨੰਬਰ ਲਿੱਤੇ, ਕ੍ਰੀਏਟਿਵ ਵੀ ਬਹੁਤ ਰਿਹਾ ਜੀ। ਡਿਪਲੋਮਾ ਪੂਰਾ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਮੇਰੀ ਲਾਈਨ ਹੈਗੀ ਜੀ। ਮੈਂ ਮਤਲਬ ਡਿਸਾਈਡ ਕੀਤਾ ਨੀ, ਮੈਂ ਤਾਂ ਤੈਰਦਾ ਰਿਹਾ, ਜਿੱਧਰ ਨੂੰ ਹਵਾ ਲਈ ਉੱਧਰ ਜਾਈਆ ਜੀ ਜੀ ਜੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਫਾਈਨ ਆਰਟਸ ਦੇ ਫੀਲਡ ਵਿੱਚ ਆਇਆ, ਮੈਂ ਉਹਦੀ ਪੜ੍ਹਾਈ ਸ਼ੁਰੂ ਕੀਤੀ ਜੀ। ਫਿਰ ਜ਼ਰੂਰ ਮੈਂ ਨਹੀਂ, ਪਰ ਜੋ ਤੁਸੀਂ ਮਤਲਬ ਉਹਦੇ ਵਿੱਚ ਹਵਾ 'ਚ ਤੈਰਦੇ ਰਹੇ, ਜੋ ਤੁਸੀਂ ਫਾਈਨ ਆਰਟਸ ਨੂੰ ਚੁਣਿਆ ਤਾਂ ਕਿਤੇ ਨਾ ਕਿਤੇ ਜੋ ਤੁਹਾਡਾ ਸ਼ੁਰੂ ਦੇ ਵਿੱਚ ਤੁਹਾਡਾ ਲਕੀਰਾਂ ਮਾਰਨ ਵਾਲੀ ਜੋ ਤੁਸੀਂ ਗੱਲ ਕੀਤੀ, ਜੋ ਸਿਸਟਰ ਨੇ ਤੁਹਾਨੂੰ ਲਕੀਰਾਂ ਮਾਰਨੀਆਂ ਸਿਖਾਈਆਂ, ਉਹ ਕਿਤੇ ਨਾ ਕਿਤੇ ਤੁਹਾਨੂੰ ਮੇਰੇ ਖਿਆਲ ਹੈਲਪਫੁੱਲ ਰਿਹਾ, ਕਿਤੇ ਨਾ ਕਿਤੇ ਤੁਹਾਡੇ ਉਹ ਚੀਜ਼ ਅੰਦਰ ਸੀਗੀ ਵੀ ਮੈਂ ਇਹ ਜੋ ਲਾਈਨਾਂ ਮਾਰ ਰਿਹਾ ਇਹਨੂੰ ਹੀ ਅੱਗੇ ਜਾ ਕੇ ਵੱਡਾ ਆਕਾਰ ਦੇਣਾ ਹੈ? ਨਹੀਂ, ਅੱਛਾ ਇਹ ਅਚੇਤ ਮਨ 'ਚ ਤਾਂ ਹੋ ਸਕਦਾ। ਹਾਂ ਅਚੇਤ ਮਨ ਦੇ, ਪਰ ਮੈਂ ਕੋਈ ਸੋਚ ਸਮਝ ਕੇ ਇਹ ਕੀਤਾ ਹੋਵੇ ਤਾਂ ਸ਼ਾਇਦ ਇਸ ਤਰ੍ਹਾਂ ਨਹੀਂ ਮੈਂ ਦਾਅਵਾ ਕਰ ਸਕਦਾ ਜੀ।
ਪਰ ਹਾਂ ਇਹ ਜ਼ਰੂਰ ਹੈ ਕਿ ਪਿੱਛੇ ਜੇ ਵੀ ਮੈਨੂੰ ਇੱਕ ਮੈਗਜ਼ੀਨ 'ਚ ਇੰਟਰਵਿਊ ਛਪੀ ਮੇਰੀ, ਉਹਨਾਂ ਨੇ ਪੁੱਛਿਆ ਕਿ ਤੁਸੀਂ ਹਿਊਮਨ ਫਿਗਰਸ ਬਹੁਤ ਬਣਾਉਣੇ ਜੀ, ਤਾਂ ਮੈਂ ਇਹ ਆਂਸਰ ਦਿੱਤਾ ਸੀ ਕਿ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਮੈਂ ਬਚਪਨ 'ਚ ਅੰਕਲਾਂ ਦੀਆਂ ਤਸਵੀਰਾਂ ਵਾਹੀਆਂ ਜੀ, ਜਾਂ ਮੈਂ ਅਕਸਰ ਡਰਾਇੰਗ ਕਰਦਾ ਰਹਿੰਦਾ ਸੀ, ਹਿਊਮਨ ਫਿਗਰਸ ਹੀ ਜ਼ਿਆਦਾ ਬਣਾਉਂਦਾ ਸੀ, ਤਾਂ ਮੈਨੂੰ ਐਬਸਟ੍ਰੈਕਟ ਆਰਟ ਵੀ ਮੈਂ ਬਹੁਤ ਕੀਤਾ ਜੀ, ਪਰ ਜੋ ਮੈਨੂੰ ਆਨੰਦ ਮਿਲਦਾ ਉਹ ਹਿਊਮਨਸ ਬਣਾ ਕੇ ਮਿਲਦਾ, ਬੰਦੇ ਬਣਾ ਕੇ ਮਿਲਦਾ ਜੀ। ਗੁਰਪ੍ਰੀਤ ਜੀ, ਇੱਕ ਸਵਾਲ ਜੋ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ ਕਿ ਕਲਾ ਕੀ ਚੀਜ਼ ਹੈ, ਔਰ ਕਲਾ ਕਲਾ ਲਈ ਹੈ ਜਾਂ ਕਲਾ ਸੋਸਾਇਟੀ ਲਈ ਹੈ? ਬਹੁਤ ਸੋਹਣਾ ਔਰ ਇੰਟੈਲੈਕਚੁਅਲ ਕੁਐਸਚਨ ਪੁੱਛਿਆ ਤੁਸੀਂ ਜੀ। ਵੈਸੇ ਤਾਂ ਇਹਦੇ ਬਹੁਤ ਸਾਰੀ ਵਿਆਖਿਆ ਹੋ ਸਕਦੀ ਹੈ ਇਸ 'ਤੇ। ਪਲੈਟੋ ਤੋਂ ਲਾ ਲਓ, ਪਲੈਟੋ ਦਾ ਆਪਦਾ ਕਥਨ ਹੈ, ਸੁਕਰਾਤ ਦਾ ਆਪਦਾ ਹੈ, ਜਾਂ ਭਾਰਤੀ ਕਲਾ ਦਾ ਜਿਹੜਾ ਸ਼ਾਸਤਰ ਹੈ ਉਹ ਕੁਛ ਹੋਰ ਕਹਿੰਦੇ ਆ ਜੀ। ਪਰ ਜੋ ਮੈਂ ਉਹੀ ਉੱਤਰ ਦੇਣ ਦੀ ਕੋਸ਼ਿਸ਼ ਕਰੂੰ ਜੋ ਮੈਂ ਸੋਚਦਾ ਜੀ ਜੀ ਜੀ। ਕਲਾ ਜੇ ਆਪਾਂ ਇੰਡੀਅਨ ਦੇਖੀਏ ਤਾਂ ਇਹ ਦੋ ਆਰਟ ਤੇ ਕਲਾ ਦੋ ਸ਼ਬਦ ਆਪਾਂ ਲੈਂਦੇ ਹਾਂ ਜੀ ਜੀ। ਆਰਟ ਸ਼ਬਦ ਲੈਟਿਨ ਦੇ ਸ਼ਬਦ ਆਰਟਸ ਤੋਂ ਆਇਆ ਜੀ। ਆਰਟਸ ਦਾ ਅਰਥ ਹੈ ਟੂ ਕ੍ਰੀਏਟ, ਸਿਰਜਣਾ, ਤੇ ਕਲਾ ਸ਼ਬਦ ਸੰਸਕ੍ਰਿਤ ਦੇ ਧਾਤੂ ਕਲ ਤੋਂ ਉਤਪੰਨ ਹੁੰਦਾ ਜੀ। ਕਲ ਦਾ ਅਰਥ ਹੈ ਸੁੰਦਰ, ਖੂਬਸੂਰਤ ਬਣਾਉਣਾ ਜੀ। ਤਾਂ ਮੇਰੇ ਹਿਸਾਬ ਨਾਲ ਕਲਾ ਵੀ ਖੂਬਸੂਰਤ ਸਿਰਜਣਾ ਜੀ। ਤੇ ਕਲਾ ਇੱਕ ਐਕਚੁਅਲ 'ਚ ਜੇ ਦੂਜੇ ਤਰੀਕੇ ਨਾਲ ਦੇਖੀਏ, ਜੇ ਇਹਦੀ ਪਰਿਭਾਸ਼ਾ ਦੇਣੀ ਹੋਵੇ ਕਲਾ ਦੀ, ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਵੇਂ ਆਪਾਂ ਐਕਸਪ੍ਰੈਸ ਕਰਦੇ ਹਾਂ ਆਪਣਾ ਕੁਛ, ਆਪਣੇ ਅੰਦਰਲੀ ਗੱਲ ਕਹਿਣੀ ਹੈ, ਤਾਂ ਉਹਦੇ ਲਈ ਦੋ ਤਿੰਨ ਤਰੀਕੇ ਆ ਸਾਡੇ ਕੋਲ ਜੀ। ਸਭ ਤੋਂ ਸੌਖਾ ਤਰੀਕਾ ਕਿ ਅਸੀਂ ਆਪਣੇ ਐਕਸਪ੍ਰੈਸ਼ਨ ਨਾਲ ਦਿਖਾ ਦਿੰਦੇ ਹਾਂ, ਜੇ ਅਸੀਂ ਗੁੱਸੇ ਹਾਂ ਤਾਂ ਤਿਉੜੀਆਂ ਪਾ ਲੈਂਦੇ ਹਾਂ ਜੀ, ਜੇ ਅਸੀਂ ਖੁਸ਼ ਹਾਂ ਤਾਂ ਹੱਸ ਲੈਂਦੇ ਹਾਂ ਜੀ। ਥੋੜ੍ਹਾ ਜਿਹਾ ਉਹਦੇ ਨਾਲ ਮੁਸ਼ਕਲ ਤਰੀਕਾ, ਉਹਦੇ ਲਈ ਕ੍ਰੀਏਟੀਵਿਟੀ ਦੀ ਲੋੜ ਪੈਂਦੀ ਹੈ ਬੋਲਣਾ, ਜੋ ਆਪਾਂ ਹੁਣ ਕਰ ਰਹੇ ਹਾਂ ਜੀ। ਅਸੀਂ ਬੋਲ ਕੇ ਆਪਣੀ ਗੱਲ ਦੱਸਦੇ, ਅਸੀਂ ਸ਼ਬਦ ਬਣਾਉਣੇ ਪੈਂਦੇ ਉਹਦੇ ਲਈ, ਪਰ ਥੋੜ੍ਹੀ ਜਿਹੀ ਕ੍ਰੀਏਟਿਵ ਜੀ। ਫਿਰ ਉਹਦੇ ਨਾਲੋਂ ਅਗਲਾ ਜਿਹੜਾ ਤਰੀਕਾ ਹੈ ਉਹ ਹੈਗਾ ਆਪਣੀ ਗੱਲ ਲਿਖ ਕੇ ਦੱਸਣਾ, ਐਕਸਪ੍ਰੈਸ ਕਰਨਾ ਜੀ। ਅਸੀਂ ਲਿਖਦੇ ਹਾਂ ਜਿਵੇਂ ਕਵਿਤਾ ਲਿਖਦੇ ਹਾਂ, ਕੋਈ ਲੋਕ ਡੇਲੀ ਡਾਇਰੀ ਲਿਖਦੇ, ਉਹ ਹੋਰ ਕ੍ਰੀਏਟਿਵ ਹੋ ਜਾਂਦਾ, ਥੋੜ੍ਹਾ ਹੋਰ ਮੁਸ਼ਕਿਲ ਹੋ ਜਾਂਦਾ ਜੀ। ਅਤੇ ਚੌਥਾ ਤਰੀਕਾ ਮੈਨੂੰ ਲੱਗਦਾ ਹੁੰਦਾ ਆਪਣੀ ਗੱਲ ਐਕਸਪ੍ਰੈਸ ਕਰਨ ਦਾ, ਕੁਛ ਵਾਹ ਕੇ ਡਰਾ ਕਰਕੇ ਜੀ ਆਪਣੀ ਗੱਲ ਕਹਿ ਦੇਣਾ। ਤਾਂ ਕਲਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ, ਆਪਣੇ ਆਪ ਨੂੰ ਦੱਸਣ ਦਾ ਇੱਕ ਸਾਧਨ ਹੈ, ਕਾਗਜ਼ ਉੱਤੇ ਕੁਛ ਡਰਾਇੰਗ ਕਰਕੇ ਜੀ। ਤਾਂ ਦੂਜਾ ਜਿਹੜਾ ਕੁਐਸਚਨ ਸੀਗਾ ਤੁਹਾਡਾ ਕਿ ਕਲਾ ਕਲਾ ਲਈ ਜਾਂ ਕਲਾ ਸਮਾਜ ਜੀ, ਦੋਨੋਂ ਪੱਖੀ ਜੀ। ਕਲਾ ਕਲਾ ਲਈ ਤਾਂ ਨਹੀਂ ਮੈਂ ਕਹਿ ਸਕਦਾ, ਕਲਾ ਕਲਾਕਾਰ ਲਈ ਕਹਿ ਸਕਦਾ ਜੀ, ਕਿ ਮੰਨ ਲਓ ਕਦੇ ਮੇਰਾ ਮਨ ਖੁਸ਼ ਹੈ ਜਾਂ ਮੇਰਾ ਮਨ ਉਦਾਸ ਹੈ ਜੀ, ਤਾਂ ਮੈਨੂੰ ਘੱਟੋ ਘੱਟ ਇੰਨੀ ਤਾਂ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਮੈਂ ਕੁਛ ਵੀ ਸਿਰਜ ਸਕਾਂ, ਘਰੇ ਬੈਠਾ ਮੇਰਾ ਜੋ ਜੀ ਕੀਤਾ ਮੈਂ ਉਹਨੂੰ ਵਾਹ ਸਕਾਂ, ਫਿਰ ਮੈਂ ਆਪਦੇ ਆਪ ਨੂੰ ਉਵੇਂ ਐਕਸਪ੍ਰੈਸ ਕਰ ਸਕਾਂ। ਤੇ ਉਸ ਦੇ ਵਿੱਚ ਮੈਨੂੰ ਇਹ ਨਹੀਂ ਫੋਰਸ ਕੀਤਾ ਜਾਣਾ ਚਾਹੀਦਾ ਕਿ ਤੂੰ ਇਹੀ ਵਿਸ਼ਾ ਬਣਾ ਤੇ, ਕਿਉਂਕਿ ਇਹ ਸਮਾਜ ਲਈ ਜ਼ਰੂਰੀ ਹੈ ਜੀ। ਪਰ ਦੂਜਾ ਪੱਖ ਵੀ ਉਨਾ ਹੀ ਜ਼ਰੂਰੀ ਹੈ, ਕਲਾ ਸਮਾਜ ਲਈ, ਤੇ ਜਿਹੜਾ ਕਲਾਕਾਰ ਹੈ ਉਹਦਾ ਕਿਤੇ ਨਾ ਕਿਤੇ ਫਿਰ ਇਹ ਫਰਜ਼ ਬਣ ਜਾਂਦਾ, ਜਿਹੜਾ ਆਪਦੇ ਆਪ ਨੂੰ ਇਸ ਫੀਲਡ 'ਚ ਲਿਆ ਆ ਕਲਾਕਾਰ ਦੇ ਤੌਰ 'ਤੇ ਸਥਾਪਿਤ ਹੋ ਗਿਆ ਜੀ, ਕਿ ਉਹ ਆਪਣੀ ਕਲਾ ਨਾਲ ਜੇ ਉਹਦਾ ਆਲਾ ਦੁਆਲਾ ਠੀਕ ਨਹੀਂ ਜਾਂ ਠੀਕ ਹੈ ਦੋਨੇ ਪੱਖੀ, ਤਾਂ ਉਹ ਆਪਦੀ ਕਲਾ ਦੇ ਨਾਲ ਕੁਛ ਯੋਗਦਾਨ ਸਮਾਜ 'ਚ ਵੀ ਦੇ ਜੀ। ਸਾਡਾ ਹਿਊਮਨ ਹੋਣ ਦਾ, ਸਾਡਾ ਇਸ ਜੀਵਨ 'ਚ ਆਉਣ ਦਾ ਇੱਕ ਹਿੱਸਾ ਇਹ ਵੀ ਹੈ ਕਿ ਅਸੀਂ ਇਸ ਸਮਾਜ ਨੂੰ ਥੋੜ੍ਹਾ ਜਿਹਾ ਹੋਰ ਬਿਹਤਰ ਬਣਾ ਕੇ ਜਾਈਏ ਜੇ ਆਏ ਜੀ ਜੀ ਜੀ।
ਜੇ ਮਨੁੱਖੀ ਉੱਚਾ ਪਾ ਜਨਮ ਦਿੱਤਾ ਤਾਂ ਥੋੜ੍ਹਾ ਜਿਹਾ ਹੋਰ ਖੂਬਸੂਰਤ ਕਰਕੇ ਜਾਈਏ। ਜਿਵੇਂ ਕੋਈ ਹੁਣ ਸਾਡੇ ਆਸੇ ਪਾਸੇ ਪੰਜਾਬ 'ਚ ਕੀ ਹਾਲਾਤ ਚੱਲ ਰਹੇ ਸਨ ਜੀ, ਅਤੇ ਮੈਂ ਸਿਰਜੀ ਜਾਵਾਂ ਫੁੱਲ ਜੀ, ਤਾਂ ਉਹ ਫਿਰ ਮੈਂ ਇੱਕ ਸੱਚਾ ਕਲਾਕਾਰ ਨਹੀਂ ਹੋ ਸਕਦਾ ਜੀ। ਤਾਂ ਕਲਾ ਸਬਕਾ ਸਮਾਜ ਲਈ ਵੀ ਹੈ ਅਤੇ ਕਲਾ ਕਲਾਕਾਰ ਲਈ ਵੀ ਹੈ ਜੀ। ਤੁਸੀਂ ਉਸਨੂੰ ਸਮਾਜ ਨੂੰ ਚਿੱਤਰਕਲਾ ਦੇ ਰਾਹੀਂ ਕਿਸ ਤਰ੍ਹਾਂ ਮੈਸੇਜ ਕਨਵੇ ਕਰਦੇ ਹੋ? ਮਤਲਬ ਕਿ ਜਿਸ ਤਰ੍ਹਾਂ ਕਿ ਅਸੀਂ ਥੀਏਟਰ ਦੀ ਗੱਲ ਕਰੀਏ ਤਾਂ ਇੱਕ ਪਲੇ ਹੋ ਰਿਹਾ, ਪਲੇ ਦੇ ਵਿੱਚ ਐਂਡ ਦੇ ਵਿੱਚ ਮੈਸੇਜ ਦਿੱਤਾ ਜਾਂਦਾ, ਅਤੇ ਤੁਸੀਂ ਆਪਣੀ ਕਲਾ ਰਾਹੀਂ ਲੋਕਾਂ ਨੂੰ ਕਿਸ ਤਰ੍ਹਾਂ ਮੈਸੇਜ ਦਿੰਦੇ ਹੋ? ਪਹਿਲੀ ਗੱਲ, ਕਲਾ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਕਿ ਸਿੱਧੇ ਤਰੀਕੇ ਨਾਲ, ਜੇ ਅਸੀਂ ਉਹਦੇ ਵਿੱਚੋਂ ਸਿੱਧਾ ਸਿੱਧਾ ਕੁਛ ਨਿਕਲਦਾ ਹੀ ਹੋਵੇ, ਕੋਈ ਸਿੱਧਾ ਮੈਸੇਜ ਹੀ ਮਿਲਦਾ ਹੋ ਜੀ। ਕਲਾ ਨੂੰ ਇਹ ਦੇਖਿਆ ਜਾਣਾ ਚਾਹੀਦਾ ਜਿਵੇਂ ਆਪਾਂ ਫੁੱਲ ਦੇਖਦੇ ਹਾਂ ਜੀ। ਹੁਣ ਕੋਈ ਫੁੱਲ ਆਪਣੇ ਆਪ 'ਚ ਨਾਟਕ ਵਾਂਗੂ ਮੈਸੇਜ ਨਹੀਂ ਦੇ ਰਹੇ ਹੁੰਦੇ ਜੀ। ਅਸੀਂ ਇਹ ਫੁੱਲ ਨੂੰ ਦੇਖ ਕੇ ਇਹ ਨਹੀਂ ਕਹਿੰਦੇ ਇਹਦੇ ਵਿੱਚ 8 ਪੱਤੀਆਂ ਅਤੇ ਇਸ ਚੀਜ਼ ਦਾ ਸਿੰਬਲ ਹੈ ਇਸ ਕਰਕੇ ਮੈਨੂੰ ਫੁੱਲ ਵਧੀਆ ਲੱਗਿਆ ਜੀ, ਜਾਂ ਇਸ ਦੇ ਵਿੱਚ ਫੁੱਲ 'ਚ ਲਾਲ ਰੰਗ ਕ੍ਰਾਂਤੀ ਦਾ ਪ੍ਰਤੀਕ ਹੈ ਇਸ ਕਰਕੇ ਮੈਨੂੰ ਇਹ ਫੁੱਲ ਸੋਹਣਾ ਲੱਗਦਾ ਹੈ ਜੀ ਜੀ। ਫੁੱਲ ਨੂੰ ਆਪਾਂ ਇਸ ਕਰਕੇ ਦੇਖਦੇ ਹਾਂ ਕਿ ਫੁੱਲ ਦੇ ਫੋਰਮ ਬੜੀ ਸੋਹਣੀ ਹੁੰਦੀ ਹੈ ਜੀ, ਫੁੱਲ ਦੇ ਰੰਗ ਬੜੇ ਪਿਆਰੇ ਲੱਗਦੇ ਆ ਜੀ। ਤਾਂ ਕਲਾ ਨਾ, ਕਲਾ ਜਿਵੇਂ ਮੇਰੇ ਹਿਸਾਬ ਨਾਲ ਕਲਾ ਦਾ ਮੁੱਖ ਮਕਸਦ ਤਾਂ ਸਮਾਜ ਨੂੰ ਥੋੜ੍ਹਾ ਜਿਹਾ ਖੂਬਸੂਰਤ ਬਣਾਉਣਾ ਜੀ। ਸਾਡੀ ਜ਼ਿੰਦਗੀ ਬੜੀ ਉਲਝਣਾਂ ਭਰੀ ਹੈ ਜੀ, ਕੋਈ ਬੰਦਾ ਤੁਹਾਡਾ ਚਿੱਤਰ ਦੇਖ ਰਿਹਾ ਤਾਂ ਤੁਹਾਡੀ ਚਿੱਤਰ ਕਲਾ, ਤੁਹਾਡਾ ਟੰਗਿਆ ਹੋਇਆ ਚਿੱਤਰ ਉਹਨੂੰ ਸਟਿਮੂਲੇਟ, ਉਹਦੇ ਨੂੰ ਹਿਲਾਉਂਦਾ ਅੰਦਰ ਉਹਦੀਆਂ ਭਾਵਨਾਵਾਂ ਜੀ। ਉਹ ਤੁਹਾਡਾ ਚਿੱਤਰ ਦੇਖ ਕੇ ਖੁਸ਼ ਹੋ ਗਿਆ, ਤੁਹਾਡਾ ਚਿੱਤਰ ਦੇਖ ਕੇ ਮੁਸਕਰਾਇਆ ਹੋ ਜੀ, ਜਾਂ ਤੁਹਾਡਾ ਚਿੱਤਰ ਦੇਖ ਕੇ ਸੋਚੀ ਪੈ ਗਿਆ ਜੀ। ਤਾਂ ਜਾਂ ਦੂਜੇ ਹਾਲਾਤਾਂ ਦੇ ਵਿੱਚ ਤੁਸੀਂ ਐਸਾ ਚਿੱਤਰ ਬਣਾਇਆ ਕਿ ਉਹ ਸਮਾਜ ਦੇ ਆਲੇ ਦੁਆਲੇ ਜੋ ਗਲਤ ਹੋ ਰਿਹਾ ਉਹਦੇ ਬਾਰੇ ਥੋੜ੍ਹਾ ਜਾਗਰੂਕ ਹੋ ਗਿਆ ਜੀ ਜੀ। ਇਸ ਤਰ੍ਹਾਂ ਅਸੀਂ ਚਿੱਤਰ ਨਾਲ ਮੈਸੇਜ ਵੀ ਦੇ ਦਿੰਦੇ ਹਾਂ ਜੀ, ਅਤੇ ਉਹਨੂੰ ਆਪਾਂ ਖੁਸ਼ ਵੀ ਕਰ ਸਕਦੇ, ਉਹਨੂੰ ਰਵਾ ਵੀ ਸਕਦੇ ਹਾਂ ਜੀ ਜੀ। ਗੁਰਪ੍ਰੀਤ ਜੀ, ਇੱਕ ਚੀਜ਼ ਅਕਸਰ ਦੇਖਣ ਦੇ ਵਿੱਚ ਆਈ ਹੈ ਕਿ ਕਈ ਕਲਾਕਾਰ ਜੋ ਹੈ ਉਹ ਇੱਕ ਥੀਮ 'ਤੇ ਕੰਮ ਕਰਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸੈਯਦ ਹੁਸੈਨ ਰਜ਼ਾ ਜਿਨ੍ਹਾਂ ਨੇ ਕਿ ਜ਼ੀਰੋ 'ਤੇ ਕੰਮ ਕੀਤਾ, ਪਰ ਮੈਂ ਜੋ ਜਿੰਨੀਆਂ ਤੁਹਾਡੀਆਂ ਪੇਂਟਿੰਗਸ ਦੇਖੀਆਂ ਮੈਂ ਉਹਦੇ 'ਚ ਮੈਨੂੰ ਭਿੰਨਤਾ ਨਜ਼ਰ ਆਈ। ਕੀ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਥੀਮ ਚੁਣਿਆ ਜਿਸ 'ਤੇ ਤੁਸੀਂ ਵਰਕ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਵਰਕ ਕੀਤਾ ਹੋਵੇ? ਬੜਾ ਵਧੀਆ ਕੁਐਸਚਨ ਪੁੱਛਿਆ ਬੰਟੀ ਜੀ ਤੁਸੀਂ ਜੀ। ਇਹ ਮੈਨੂੰ ਕਈ ਵੱਡੇ ਕਲਾਕਾਰ ਹੋਰ ਵੀ ਕਹਿ ਚੁੱਕੇ ਕਿ ਤੇਰੇ 'ਚ ਵਰਾਇਟੀ ਜ਼ਿਆਦਾ, ਬੰਨ ਕੇ ਨਹੀਂ ਕੰਮ ਕਰ ਜੀ। ਐਕਚੁਅਲ 'ਚ ਇਹ ਕਿ ਮੈਂ ਦੋਨੇ ਤਰ੍ਹਾਂ ਦਾ ਹੀ ਕੰਮ ਕਰਨਾ ਪਸੰਦ ਕਰਦਾ, ਅਤੇ ਮੈਨੂੰ ਇਹ ਲੱਗਦਾ ਕਿ ਜਦੋਂ ਜੋ ਅੰਦਰੋਂ ਆਉਂਦਾ ਨਾ ਜੀ ਉਵੇਂ ਆਉਂਦਾ ਜੀ, ਅਤੇ ਮੇਰੇ ਅੰਦਰੋਂ ਸ਼ਾਇਦ ਅਜੇ ਬਹੁਤ ਜ਼ਿਆਦਾ ਇੰਨਾ ਠਹਿਰਾਅ ਨਹੀਂ ਆਇਆ ਕਿ ਮੈਂ ਇੱਕ ਵਿਸ਼ੇ 'ਤੇ ਹੀ ਲੈ ਕੇ ਸਾਰੀ ਜ਼ਿੰਦਗੀ ਕੁਛ ਚਿੱਤਰੀ ਜਾਵਾਂ ਜੀ, ਜਾਂ ਕਹਿ ਲਓ ਕਿ ਮੈਂ ਇੰਨਾ ਕਮਰਸ਼ੀਅਲ ਨਹੀਂ ਹੋਇਆ ਜੀ, ਕਿ ਮੇਰੇ ਜਿਵੇਂ ਜਿਵੇਂ ਆਉਂਦਾ ਜੋ ਆਉਂਦਾ ਮੈਂ ਉਵੇਂ ਸਿਰਜਣਾ ਪਸੰਦ ਕਰਦਾ, ਮੈਂ ਨੈਚੁਰਲ ਰਹਿਣਾ ਪਸੰਦ ਕਰਦਾ ਜੀ। ਜੇ ਮੇਰਾ ਜੀ ਕਰਦਾ ਕਿ ਮੈਂ ਹਿਸਟੋਰੀਕਲ ਪੇਂਟਿੰਗ ਸਿਰਜਾਂ ਦਾ ਉਵੇਂ, ਕਦੇ ਮੇਰਾ ਜੀ ਕਰਦਾ ਕਿ ਨਹੀਂ ਮੈਂ ਅੰਤਰਮੁਖੀ ਹੋ ਜਾਂਦਾ ਮੈਂ ਬਹੁਤ, ਜਿਵੇਂ ਮੈਡੀਟੇਸ਼ਨ ਕਰਨ ਲੱਗ ਗਿਆ ਮੈਂ ਜੀ, ਤਾਂ ਉਸ ਦੌਰ 'ਚ ਫਿਰ ਮੈਂ ਇੱਕ ਸੀਰੀਜ਼ ਪੂਰੀ ਬਣਾਈ ਕਿ ਜਿਹਦੇ 'ਚ ਮੈਂ ਮੈਡੀਟੇਸ਼ਨ ਵਾਲੀਆਂ ਪੇਂਟਿੰਗਸ ਬਣਾਈਆਂ ਜੀ। ਜੋ ਮੈਡੀਟੇਸ਼ਨ ਕਰਦੇ ਹੋ ਉਹ ਵੀ ਮੈਂ ਇਸ ਤਰ੍ਹਾਂ ਨਹੀਂ ਬਣਾਈਆਂ ਜਿਵੇਂ ਕਿ ਪਹਿਲਾਂ ਮੈਡੀਟੇਸ਼ਨ ਕਰਦੇ ਹੋਏ ਮੈਂ ਬਹੁਤ ਸਾਰੇ ਦੇਖੀਆਂ ਪੇਂਟਿੰਗਸ ਜਿਹਦੇ 'ਚ ਕੁੰਡਲੀ ਜਾਗਰਣ ਲਈ ਅਲੱਗ ਅਲੱਗ ਚੱਕਰਾਂ ਦਾ ਇਸਤੇਮਾਲ ਹੋਇਆ ਜਾਂ ਹੋਵੇ, ਮੈਂ ਉਸ ਤਰ੍ਹਾਂ ਨਹੀਂ ਕੀਤਾ ਜੀ। ਜਿਵੇਂ ਪਿੱਛੇ ਜੇ ਮੈਂ ਰਿਸ਼ੀਕੇਸ਼ ਗਿਆ ਸੀ ਉੱਥੇ ਮੇਰਾ ਧਿਆਨ ਲੱਗ ਗਿਆ, ਕਾਫੀ ਗਹਿਰਾ ਪਹੁੰਚ ਗਿਆ ਮੈਂ, ਮੈਨੂੰ ਨਹੀਂ ਪਤਾ ਉਹ ਕਿਵੇਂ ਮਹਿਸੂਸ ਕਰੀਦਾ ਜਾਂ ਕਿਵੇਂ ਹੁੰਦਾ, ਪਰ ਮੈਨੂੰ ਜੋ ਮਹਿਸੂਸ ਹੋਇਆ ਉਸ ਟਾਈਮ ਜੀ, ਮੈਂ ਕੋਸ਼ਿਸ਼ ਕੀਤੀ ਕਿ ਉਹਨੂੰ ਮੈਂ ਰੰਗਾਂ ਨਾਲ ਕੈਨਵਸ ਉੱਤੇ ਉਤਾਰਾਂ ਜੀ ਜੀ।
ਜਾਂ ਇੱਥੇ ਕੁੰਡਲਨੀ ਜਾਗਰਣ ਦੀ ਐਕਸਰਸਾਈਜ਼ ਕਰਦੇ ਹੋਏ ਜਾਂ ਡਾਇਨਾਮਿਕ ਮੈਡੀਟੇਸ਼ਨ ਕਰਦੇ ਹੋਏ ਜੋ ਮੈਨੂੰ ਮਹਿਸੂਸ ਹੋਇਆ ਉਵੇਂ ਬਣਾਇਆ ਜੀ। ਇਸੇ ਤਰ੍ਹਾਂ ਮੈਂ ਇੱਕ ਸੀਰੀਜ਼ ਕੀਤੀ ਸੀ ਬੁੱਲ ਤੇ ਜੀ, ਬਲਦ ਉੱਤੇ ਪੂਰੀ ਸੀਰੀਜ਼ ਸੀ। ਮੈਨੂੰ ਬਲਦ ਬੜਾ ਵਧੀਆ ਲੱਗਦਾ, ਸਿੰਪਲ ਜੀ ਗੱਲ ਹੈ, ਕੋਈ ਇਹਦੇ ਪਿੱਛੇ ਬਾਹਲੀਆਂ ਵੱਡੀਆਂ ਫਿਲੋਸਫੀਜ਼ ਪੁੱਛੇ ਤਾਂ ਕੋਈ ਬਾਹਲੀਆਂ ਵੱਡੀਆਂ ਫਿਲੋਸਫੀਜ਼ ਨਹੀਂ ਜੀ। ਮੈਨੂੰ ਬਲਦ ਵਧੀਆ ਲੱਗਦਾ ਜੀ, ਕਿ ਉਹ ਬੜਾ ਮਸਕੂਲਰ ਹੈ ਸਾਡੇ ਨਾਲ ਸ਼ੁਰੂ ਤੋਂ ਹੈਗਾ ਜੀ, ਸਭ ਤੋਂ ਪੁਰਾਣੀਆਂ ਕੇਵਸ ਟਾਈਮ ਤੋਂ ਗੁਫਾਵਾਂ 'ਚ, ਭਾਵੇਂ ਉਹ ਫਰਾਂਸ 'ਚ ਛਿੱਤਰ ਬਣੇ, ਭਾਵੇਂ ਉਹ ਸਪੇਨ 'ਚ ਅਲਟਾਮੀਰਾ 'ਚ ਬਣੇ, ਭਾਵੇਂ ਉਹ ਭੀਮ ਬੈਠਕਾ ਦੀਆਂ ਗੁਫਾਵਾਂ 'ਚ ਇੰਡੀਆ 'ਚ ਬਣੇ, ਜਿੱਥੇ ਵੀ ਚਿੱਤਰ ਬਣੇ ਹੈਰਾਨੀ ਦੀ ਗੱਲ ਹੈ, ਸਾਰੇ ਕਿਤੇ ਬਲਦ ਬਣਿਆ ਸਭ ਤੋਂ ਪਹਿਲਾਂ ਜੀ ਜੀ। ਇਹਦਾ ਮਤਲਬ ਬਲਦ ਸਭ ਤੋਂ ਪੁਰਾਣਾ ਸਾਡੇ ਨਾਲ ਹੈ ਜੀ, ਠੀਕ ਹੈ, ਅਤੇ ਬੜਾ ਸ਼ਾਂਤ ਹੈ ਜੀ। ਬੰਦੇ ਜਿੰਨੀ ਮਿਹਨਤ ਖੇਤਾਂ 'ਚ ਬਲਦ ਨੇ ਇਕੁਅਲ ਕੀਤੀ ਹੈ ਜੀ, ਅਤੇ ਜਦੋਂ ਗੁੱਸਾ ਆ ਜੇ ਫਿਰ ਬਲਦ ਅਰਗਾ ਭੈੜਾ ਕੋਈ ਨਹੀਂ। ਮੈਂ ਪਿੱਛੇ ਜੇ ਦੇਖ ਰਿਹਾ ਸੀ ਵੀਡੀਓ ਜੰਗਲੀ ਬਲਦਾਂ ਦੀ, ਕਿਵੇਂ ਸ਼ੇਰ ਨੂੰ ਚੱਕ ਚੱਕ ਕੇ ਸਿੰਗਾਂ 'ਤੇ ਮਾਰਿਆ ਅਤੇ ਸ਼ੇਰਾਂ ਨੂੰ ਭੱਜਣ ਲਈ ਮਜਬੂਰ ਕਰਦਾ ਜੀ। ਸੜਕ ਦੇ ਵਿਚਾਲੇ ਖੜਾ ਬਲਦ ਫੌਰਨ ਵੱਜਦੇ ਆ, ਪਾਸੇ ਨਹੀਂ ਹੁੰਦਾ, ਆਰਾਮ ਨਾਲ ਸ਼ਾਂਤੀ ਨਾਲ ਜਾਂਦਾ। ਜੇ ਪਾਸੇ ਵੀ ਜਾਣਾ ਹੋਵੇ ਸ਼ੇਰ ਨੂੰ ਵੀ ਹਾਰਨ ਮਾਰਾਂਗੇ, ਲਾਈਟਾਂ ਪੈਣਗੀਆਂ, ਭੱਜ ਕੇ ਜਾਂਦਾ ਦੁਬਕ ਕੇ ਜੀ ਜੀ। ਤਾਂ ਮੈਨੂੰ ਬਲਦ ਵਧੀਆ ਲੱਗਿਆ, ਮੈਂ ਬਲਦ 'ਤੇ ਪੂਰੀ ਸੀਰੀਜ਼ ਕਰਤੀ, ਬਲਦ ਦੇ ਆਹੀ ਸਾਰੇ ਪੱਖ ਦਿਖਾਏ ਜੀ ਜੀ। ਹੁਣ ਮੈਨੂੰ ਇਹ ਲੱਗ ਰਿਹਾ ਸੀ ਕਰੰਟਲੀ ਕਿ ਆਮ ਬੰਦਾ ਜਿਹੜਾ ਜਦੋਂ ਉਹ ਪ੍ਰਦਰਸ਼ਨੀ ਦੇਖਦਾ, ਉਹ ਐਗਜ਼ੀਬਿਸ਼ਨ ਦੇਖਦਾ, ਤਾਂ ਆਮ ਬੰਦੇ ਲਈ ਸ਼ਾਇਦ ਉੱਥੇ ਪਹੁੰਚਣਾ ਸਮਝਣ ਲਈ ਔਖਾ ਹੋ ਜਾਂਦਾ ਜੀ। ਆਮ ਬੰਦਾ ਸਾਡਾ ਇਤਿਹਾਸ ਦੇਖਣਾ ਚਾਹੁੰਦਾ ਚਿੱਤਰਾਂ 'ਚੋਂ ਜੀ, ਆਪਦੇ ਆਪ ਨੂੰ, ਆਪਦੇ ਆਲੇ ਦੁਆਲੇ ਨੂੰ, ਸੱਭਿਆਚਾਰ ਦੇਖਣਾ ਚਾਹੁੰਦਾ। ਤਾਂ ਮੈਂ ਹੁਣ ਇੱਕ ਸੀਰੀਜ਼ ਕਰ ਰਿਹਾ ਕਿਉਂਕਿ ਮੇਰਾ ਥੋੜ੍ਹਾ ਸਕਿੱਲ ਹੈ ਹਾਈਪਰ ਰੀਅਲਿਜ਼ਮ ਦੇ ਵਿੱਚ, ਜਾਂ ਰੀਅਲਿਜ਼ਮ 'ਚ ਮੇਰਾ ਸਕਿੱਲ ਹੈਗਾ ਜੀ, ਕਿ ਮੈਨੂੰ ਮੈਂ ਅੱਛੀ ਤਰ੍ਹਾਂ ਚਿੱਤਰ ਲੈਂਦਾ ਹਿਊਮਨ ਫਿਗਰਸ ਜਾਂ ਇਹੋ ਜਿਹਾ ਆਲਾ ਦੁਆਲਾ ਜੀ। ਤਾਂ ਹੁਣ ਜਿਹੜੀ ਮੇਰੀ ਕਰੰਟ ਸੀਰੀਜ਼ ਚੱਲ ਰਹੀ ਉਹ ਸਾਰੀ ਹਿਸਟੋਰੀਕਲ ਹੈ ਜੀ। ਮੈਂ ਚਾਹੁੰਦਾ ਕਿ ਮੈਂ ਪੰਜਾਬ ਦੇ ਇਤਿਹਾਸ ਨੂੰ ਪੂਰੇ ਨੂੰ ਚਿੱਤਰਦਾ ਜੀ, ਔਰ ਚਿੱਤਰਾਂ ਵੀ ਇਸ ਤਰ੍ਹਾਂ ਕਿ ਪਹਿਲਾਂ ਉਹਦੀ ਘੋਖ ਕਰਕੇ ਜੀ। ਜਿਵੇਂ ਮੈਂ ਹੁਣ ਇੱਕ ਪੀਰੀਅਡ ਲੈ ਕੇ ਚੱਲ ਰਿਹਾ ਸਿਰਫ ਅਜੇ ਜੀ, ਮੇਰੀ ਇੱਛਾ ਤਾਂ ਇਹ ਹੈ ਕਿ ਮੈਂ ਪੂਰੇ ਪੰਜਾਬ ਦੀਆਂ ਪੇਂਟਿੰਗਸ ਬਣਾਵਾਂ ਜੀ, ਪੂਰੇ ਪੰਜਾਬ ਦੇ ਇਤਿਹਾਸ ਦੀਆਂ, ਗੁਰੂ ਨਾਨਕ ਸਾਹਿਬ ਤੋਂ ਨਹੀਂ ਜੀ। ਮੈਂ ਚਾਹੁੰਦਾ ਕਿ ਮੈਂ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਸ਼ੁਰੂ ਕਰਾਂ ਜੀ, ਅਤੇ ਅੱਜ ਤੱਕ ਦਾ ਇਤਿਹਾਸ ਚਿੱਤਰਾਂ 'ਚ ਬਣਾ ਦਾਂ, ਤਾਂ ਕਿ ਉਹ ਆਪਣੇ ਆਪ 'ਚ ਇੱਕ ਮਿਸਾਲ ਬਣ ਜਾਣ ਜੀ। ਕੋਈ ਮੇਰੇ ਉਹ ਚਿੱਤਰਾਂ ਦੀ ਪ੍ਰਦਰਸ਼ਨੀ ਜੋ ਉਹਨੂੰ ਚਿੱਤਰਾਂ ਨੂੰ ਦੇਖਣਾ ਸ਼ੁਰੂ ਕਰੇ, ਅਤੇ ਉਦੋਂ ਬਾਅਦ ਉਹ ਤੋਂ ਪੰਜਾਬ ਬਾਰੇ ਕੁਛ ਵੀ ਪੁੱਛੇ। ਗੁਰਪ੍ਰੀਤ ਜੀ, ਇੱਕ ਕੁਸ਼ਚਨ ਮੇਰੇ ਜ਼ਿਹਨ ਦੇ ਵਿੱਚ ਇਹ ਆ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਿਸਟੋਰੀਕਲ ਜੋ ਤੁਸੀਂ ਕਰਨਾ ਚਾਹੁੰਦੇ ਹੋ ਕੰਮ ਉਸ ਥੀਮ ਦੇ ਉੱਪਰ, ਤਾਂ ਉਸਦੇ ਉੱਪਰ ਕੰਮ ਕਰਨ ਵਾਸਤੇ ਤੁਹਾਨੂੰ ਕਾਫੀ ਰਿਸਰਚ ਦੀ ਵੀ ਲੋੜ ਪੈਂਦੀ ਹੋਣੀ ਹੈ, ਉਸ ਦੇ ਲਈ ਤੁਸੀਂ ਕੀ ਤਿਆਰੀ ਕਰਦੇ ਹੋ, ਮਤਲਬ ਉਹਨਾਂ ਕਰੈਕਟਰਾਂ ਲਈ, ਉਹਨਾਂ ਜੋ ਤੁਸੀਂ ਦਸਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸਿੰਧੂ ਘਾਟੀ ਸੱਭਿਅਤਾ ਲਈ, ਤਾਂ ਉਹਨਾਂ ਕਰੈਕਟਰਾਂ ਨੂੰ ਚਿੱਤਰਨ ਲਈ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਹੋ? ਬਹੁਤ ਵਾਜ਼ਬ ਸਵਾਲ ਜੀ, ਬਹੁਤ ਜ਼ਿਆਦਾ ਗਹਿਰਾ ਉਤਰਨਾ ਪੈਂਦਾ ਜੀ ਕਿਸੇ ਵੀ ਹਿਸਟੋਰੀਕਲ ਚਿੱਤਰ ਨੂੰ ਜੀ ਲਈ ਘੱਟੋ ਘੱਟ ਜੀ। ਮੈਂ ਇੱਕ ਐਗਜ਼ਾਮਪਲ ਦਿੰਦਾ ਚਿੱਤਰ ਦੇ, ਤੁਸੀਂ ਉਸ ਐਗਜ਼ਾਮਪਲ ਤੋਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ। ਜਿਵੇਂ ਮੈਂ ਇੱਕ ਹੁਣੇ ਚਿੱਤਰ ਬਣਾਇਆ ਸ਼ਾਮ ਸਿੰਘ ਅਟਾਰੀ ਵਾਲੇ ਜੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਜੀ, ਉਹ ਐਂਗਲੋ ਸਿੱਖ ਵਾਰ ਦੇ ਵਿੱਚ ਅੰਗਰੇਜ਼ਾਂ ਨਾਲ ਦੋ ਹੱਥੇ ਕਰ ਰਹੇ ਜੀ। ਹੁਣ ਸ਼ਾਮ ਸਿੰਘ ਅਟਾਰੀ ਵਾਲੇ ਦੇ ਪਹਿਲਾਂ ਵੀ ਚਿੱਤਰ ਬਣੇ ਆ ਜੀ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਇਨਐਪਰੋਪ੍ਰੀਏਟ ਹੈ ਜੀ। ਮੈਂ ਸ਼ਾਮ ਸਿੰਘ ਅਟਾਰੀ ਵਾਲੇ ਦਾ ਪਹਿਲਾਂ ਫੇਸ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ, ਸ਼ਾਮ ਸਿੰਘ ਅਟਾਰੀ ਵਾਲਾ ਕਿਹੋ ਜਿਹਾ ਸੀ ਜੀ। ਪਹਿਲਾਂ ਤਾਂ ਦੂਜੇ ਜਿਹੜੇ ਪਹਿਲੇ ਚਿੱਤਰ ਬਣੇ ਆ ਉਹ ਦੇਖੇ ਜੀ, ਪਰ ਫਿਰ ਮੈਨੂੰ ਇੱਕ ਔਗਸਟ ਸ਼ੌਫਟ ਦਾ ਪੇਂਟਿੰਗ ਸੀਗੀ ਜਿਹੜੀ ਕਿ ਮਹਾਰਾਜਾ ਸ਼ੇਰ ਸਿੰਘ ਨੇ ਬਣਵਾਈ ਸੀ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਮਹਾਰਾਜਾ ਰਣਜੀਤ ਸਿੰਘ ਉਦੋਂ ਤੱਕ ਪੂਰੇ ਹੋ ਚੁੱਕੇ ਸੀ ਜੀ,
ਪਰ ਸ਼ਾਮ ਸਿੰਘ ਅਟਾਰੀ ਵਾਲਾ ਜਿਉਂਦਾ ਸੀ ਜੀ, ਤੇ ਜਿਹੜੇ ਜਿਹੜੇ ਬੰਦੇ ਜਿਉਂਦੇ ਸੀ ਔਗਸਟ ਸ਼ੌਫਟ ਨੇ ਉਹ ਵਾਲੇ ਆਰਟਿਸਟ ਉਹ ਵਾਲੇ ਬੰਦਿਆਂ ਨੂੰ ਉਹ ਵਾਲੇ ਕਰੈਕਟਰਸ ਨੂੰ ਪੇਂਟਿੰਗ ਦੇ ਵਿੱਚ ਸਾਹਮਣੇ ਬਿਠਾ ਕੇ ਫਿਰ ਮਤਲਬ ਪੇਂਟਿੰਗਸ ਕੀਤੀਆਂ ਜੀ, ਤੇ ਸ਼ਾਮ ਸਿੰਘ ਅਟਾਰੀ ਵਾਲਾ ਉਹਨਾਂ ਕਰੈਕਟਰਸ 'ਚ ਇੱਕ ਸੀ। ਤਾਂ ਮੈਨੂੰ ਲੱਗਿਆ ਕਿ ਜੋ ਇੱਕ ਇੰਗਲਿਸ਼ ਆਰਟਿਸਟ ਰੀਅਲਿਸਟਿਕ ਆਰਟਿਸਟ ਹੋਣ ਕਰਕੇ ਹੂਬਹੂ ਚਿਹਰਾ ਚਿੱਤਰ ਸਕਦਾ, ਕੋਈ ਹੋਰ ਨਹੀਂ ਚਿੱਤਰ ਸਕਦਾ ਜੀ। ਤਾਂ ਸ਼ਾਮ ਸਿੰਘ ਅਟਾਰੀ ਵਾਲੇ ਦਾ ਚਿਹਰਾ ਮੈਂ ਉਹ ਬਹੁਤ ਹਿਊਜ ਪੇਂਟਿੰਗ ਹੈ ਜਿਹਦੇ 'ਚ ਸੈਂਕੜਿਆਂ ਦੇ ਹਿਸਾਬ ਨਾਲ ਕਰੈਕਟਰ ਆ ਉਹਦੇ ਵਿੱਚੋਂ ਕੱਢਿਆ ਜੀ। ਠੀਕ ਹੈ ਜੀ, ਚਿਹਰਾ ਹੂਬਹੂ ਹੋ ਗਿਆ। ਫਿਰ ਉਹਦੀ ਡਰੈਸ, ਤਾਂ ਉਹਦੇ ਬਾਰੇ ਮੈਂ ਅਕਾਊਂਟਸ ਜਿਹੜੇ ਇਸ ਐਂਗਲੋ ਸਿੱਖ ਵਾਰ ਬਾਰੇ ਅਕਾਊਂਟ ਸੀਗਾ, ਅੰਗਰੇਜ਼ਾਂ ਦੇ ਅਕਾਊਂਟਸ ਵੀ ਸਾਰੇ ਪੜ੍ਹੇ ਕਿ ਜੋ ਅੰਗਰੇਜ਼ਾਂ ਨੇ ਜਦੋਂ ਲੜਾਈ ਲੜੀ ਹੈ ਤਾਂ ਹੈਨਰੀ ਥੋਮਸ ਸੀ ਜਾਂ ਲਾਰਡ ਗਾਫ ਹੈ, ਉਹਨਾਂ ਨੇ ਜੋ ਇਸ ਲੜਾਈ ਬਾਰੇ ਲਿਖਿਆ ਉਹਦੇ 'ਚੋਂ ਪਤਾ ਲੱਗਿਆ ਕਿ ਸ਼ਾਮ ਸਿੰਘ ਅਟਾਰੀ ਵਾਲਾ ਚਿੱਟਾ ਲਿਬਾਸ ਪਾ ਕੇ ਆਇਆ ਜੀ, ਚਿੱਟਾ ਚੋਲਾ ਪਾ ਕੇ ਚਿੱਟੀ ਪੱਗ ਬੰਨ ਕੇ ਲੜਾਈ ਦੇ ਮੈਦਾਨ 'ਚ ਉਤਰਿਆ। ਤਾਂ ਮੈਨੂੰ ਲੱਗ ਗਿਆ ਪਤਾ ਕਿ ਹਾਂਜੀ ਇਹਨੇ ਚਿੱਟੀ ਡਰੈਸ ਬਣਾਉਣੀ ਹੈ ਜੀ। ਫਿਰ ਉਹਦਾ ਘੋੜਾ ਜ਼ਖਮੀ ਹੋ ਗਿਆ ਸੀ, ਫਿਰ ਮੈਨੂੰ ਪਤਾ ਲੱਗਿਆ ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਬਟਾਲੀਅਨ ਨਾਲ ਅੰਗਰੇਜ਼ਾਂ ਦੀ ਨਾਲ ਲੜਿਆ ਜੀ। ਫਿਰ ਉਹ ਬਟਾਲੀਅਨ ਦੀ, ਫਿਰ ਉਹ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੀ ਬਟਾਲੀਅਨ ਨਾਲ ਲੜਿਆ ਉਹਦਾ ਹੈਰੀ ਸਮਿਥ ਉਹਨੂੰ ਕਰ ਰਿਹਾ ਸੀਗਾ, ਅੱਗੇ ਲੱਗਿਆ ਹੋਇਆ ਸੀ। ਫਿਰ ਹੈਰੀ ਸਮਿਥ ਦੇ ਚਿਹਰੇ ਲੱਭੇ ਜੀ ਅੰਗਰੇਜ਼ਾਂ ਦੇ ਬੁੱਕਸ 'ਚੋਂ, ਉਹਨਾਂ ਦੇ ਅਕਾਊਂਟ 'ਚੋਂ, ਤੇ ਤੋਪਾਂ ਉੱਥੋਂ ਕਿਹੜੀਆਂ ਇਸਤੇਮਾਲ ਹੋਈਆਂ ਸੀ ਜੀ, ਉਹ ਤੋਪ ਲੱਭੀ, ਉਹ ਤੋਪ ਦੇ ਕੋਲੇ ਕਿਸ ਤਰ੍ਹਾਂ ਸੀ, ਉਹ ਤੋਪ ਕਿਸ ਤਰ੍ਹਾਂ ਦੀ, ਤੋਪਚੀ ਕੋਲੇ ਖੜਾ ਤਾਂ ਤੋਪਚੀ ਦੀ ਮਹਾਰਾਜਾ ਰਣਜੀਤ ਸਿੰਘ ਦੇ ਦੀ ਕੀ ਡਰੈਸ ਸੀ। ਵਾਹ, ਤਾਂ ਹਰ ਚੀਜ਼ ਦੀ ਡਿਟੇਲ 'ਚ ਪਹੁੰਚਿਆ। ਵਾਹ ਜੀ ਵਾਹ, ਇਸ ਤਰ੍ਹਾਂ। ਗੁਰਪ੍ਰੀਤ ਜੀ, ਇਹ ਤਾਂ ਗੱਲ ਹੋਈ ਤੁਹਾਡੀ ਜੋ ਹਿਸਟਰੀ ਦੇ ਉੱਪਰ ਤੁਸੀਂ ਕੰਮ ਕਰ ਰਹੇ ਹੋ, ਇੱਕ ਤੁਸੀਂ ਗੱਲਾਂ ਦੇ ਵਿੱਚ ਮਾਡਰਨ ਆਰਟ ਬਾਰੇ ਵੀ ਜ਼ਿਕਰ ਕੀਤਾ ਸੀਗਾ, ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮਾਡਰਨ ਆਰਟ ਮਤਲਬ ਕੀ ਚੀਜ਼ ਹੈ, ਮਾਡਰਨ ਆਰਟ ਇੱਕ ਆਮ ਬੰਦੇ ਵਾਸਤੇ ਕੀ ਚੀਜ਼ ਹੈ, ਜਾਂ ਤੁਸੀਂ ਜਦੋਂ ਤੁਸੀਂ ਮਾਡਰਨ ਆਰਟ ਕਰਦੇ ਹੋ ਤਾਂ ਉਹਦੇ 'ਚ ਕੀ ਪਿੰਨ ਪੁਆਇੰਟ ਰੱਖਦੇ ਹੋ ਕਿ ਉਹ ਸਾਹਮਣੇ ਵਾਲੇ ਦੀ ਵੀ ਸਮਝ ਦੇ ਵਿੱਚ ਆ ਜਾਵੇ। ਪਹਿਲੀ ਗੱਲ ਤਾਂ ਜਿਹੜੀ ਮਾਡਰਨ ਆਰਟ ਕਹਿਣਾ ਆਧੁਨਿਕ ਕਲਾ ਹੈ ਜੀ ਜੀ, ਇਹ ਕੋਈ ਫਿਕਸ ਟਰਮ ਨਹੀਂ ਹੈਗੀ ਜੀ, ਬੜੀ ਵਾਈਡ ਟਰਮ ਹੈ। ਇਹਦੇ ਵਿੱਚ ਅਸੀਂ ਅੱਜ ਤੋਂ ਜਿਹੜੀ ਕਾਫੀ ਪਹਿਲਾਂ ਯੂਰਪ ਦੇ ਵਿੱਚ ਹੋਇਆ ਉਹਨੂੰ ਵੀ ਮਾਡਰਨ ਆਰਟ ਕਹਿ ਦਿੰਦੇ ਜੀ, ਅੱਜ ਜੋ ਹੋ ਰਿਹਾ ਉਹ ਵੀ ਮਾਡਰਨ ਆਰਟ ਹੈ, ਜੋ ਉਸ ਸਮੇਂ ਦੇ ਲਈ ਉਹ ਉਸ ਸਮੇਂ ਲਈ ਆਧੁਨਿਕ ਸੀ, ਅੱਜ ਜੋ ਮਾਡਰਨ ਆਰਟ ਹੋ ਰਿਹਾ ਉਹ ਅੱਜ ਦੇ ਲਈ ਆਧੁਨਿਕ, ਇਹਨੂੰ ਕੰਟੈਂਪਰੇਰੀ ਆਰਟ ਵੀ ਕਹਿ ਦਿੰਦੇ ਜੀ। ਪਰ ਜਿਹਨੂੰ ਮਾਡਰਨ ਆਰਟ ਸਮਝਦੇ ਹਾਂ ਆਪਾਂ ਦੇਖ ਕੇ, ਉਹਨੂੰ ਅਸੀਂ ਐਬਜ਼ਰਡ ਆਰਟ ਕਹਿੰਦੇ ਜਾਂ ਐਬਸਟ੍ਰੈਕਟ ਆਰਟ ਜੀ। ਪੰਜਾਬੀ 'ਚ ਕਿਸੇ ਨੇ ਇਹਦੇ ਲਈ ਸ਼ਬਦ ਦਿੱਤਾ ਸੀ ਊਲ ਜਲੂਲਵਾਦ ਜੀ, ਸ਼ਾਇਦ ਸਾਨੂੰ ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਅਸੀਂ ਉਹਨੂੰ ਵੀ ਕਈ ਵਾਰੀ ਊਲ ਜਲੂਲ ਕਹਿ ਦਿੰਦੇ ਜੀ ਜੀ, ਸ਼ਾਇਦ ਉਸ ਜਿਹਨੇ ਟਰਮ ਊਲ ਜਲੂਲ ਦਿੱਤੀ ਉਹਨੂੰ ਸ਼ਾਇਦ ਸਮਝ ਨਹੀਂ ਆਇਆ ਜੀ ਜੀ ਜੀ, ਤੇ ਮੇਰੇ ਖਿਆਲ 'ਚ ਇਹਨੂੰ ਸਮਝਣ ਦੀ ਲੋੜ ਵੀ ਨਹੀਂ ਹੁੰਦੀ ਐਬਸਟ੍ਰੈਕਟ ਆਰਟ ਜੀ। ਮਾਡਰਨ ਆਰਟ ਦੀ ਸ਼ੁਰੂਆਤ ਦਾ ਤਾਂ ਇਹ ਹੈ ਕਿ ਜਦੋਂ ਪਹਿਲੀ ਵਾਰ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਜਿਹੜੀ ਬਹੁਤ ਸਦੀਆਂ ਤੋਂ ਇੱਕ ਕਲਾ ਦਾ ਤਰੀਕਾ ਚੱਲਦਾ ਆ ਰਿਹਾ ਸੀ, ਅਕੈਡਮਿਕ ਆਰਟ ਸੀਗਾ, ਜਿਹਦੇ ਉੱਤੇ ਕਬਜ਼ਾ ਸੀ ਇੱਕ ਆਰਟਿਸਟ ਦਾ ਕਿ ਤੁਸੀਂ ਆਹੀ ਵਿਸ਼ੇ ਬਣਾਉਣੇ ਆ ਜੀ, ਇਸੇ ਤਰੀਕੇ ਨਾਲ ਬਣਾਉਣੇ ਆ, ਜਿਹੜਾ ਉਸ ਵਿਸ਼ੇ ਤੋਂ ਬਾਹਰ ਚੱਲਦਾ ਸੀ ਉਹਨੂੰ ਆਰਟਿਸਟ ਨਹੀਂ ਸੀ ਸਮਝਿਆ ਜੀ, ਉਹਦੀ ਰਿਜੈਕਸ਼ਨ ਹੋਈ, ਜਿਹਦੀ ਰਿਜੈਕਸ਼ਨ ਹੋ ਗਈ ਅਕੈਡਮੀ ਵੱਲੋਂ ਸਮਝ ਲਓ ਉਹਦਾ ਕਰੀਅਰ ਖਤਮ, ਰਾਜੇ ਦੀ ਸਰਪ੍ਰਸਤੀ ਹੁੰਦੀ ਸੀ ਜੀ, ਸਿਰਫ ਕੁਛ ਕੁ ਦੇਵੀ ਦੇਵਤਿਆਂ ਨਾਲ ਸੰਬੰਧਿਤ ਜਾਂ ਰਾਜਿਆਂ ਦੇ ਇਸ ਤਰ੍ਹਾਂ ਦੇ ਚਿੱਤਰ ਬਣਾਉਣੇ ਜੀ। ਜਿਹੜਾ ਪਹਿਲੇ ਗਰੁੱਪ ਨੇ ਉਹਨਾਂ ਦੀ ਮੋਨੋਪਲੀ ਨੂੰ ਤੋੜਿਆ ਜੀ, ਦੈਟ ਇਜ਼ ਦਾ ਸਟਾਰਟਿੰਗ ਆਫ ਮਾਡਰਨ ਆਰਟ, ਉਹ ਮਾਡਰਨ ਆਰਟ ਦੀ ਸ਼ੁਰੂਆਤ ਹੈ। ਉਹਨਾਂ ਨੇ ਆਪਦੀ ਮਰਜ਼ੀ ਨਾਲ ਚਿੱਤਰ ਬਣਾਏ, ਖੇਤਾਂ ਦੇ ਬਣਾਏ, ਲੈਂਡਸਕੇਪ ਬਣਾਏ, ਆਮ ਲੋਕਾਂ ਦੀਆਂ ਪੇਂਟਿੰਗਸ ਬਣਾਈਆਂ,
ਔਰ ਫਾਈਨ ਨਹੀਂ ਬਣਾਈਆਂ ਰਫ ਜਿੱਦਣ ਨੂੰ ਸਟ੍ਰੋਕ ਚੱਲੇ ਚਲਾ ਤੇ ਉਹਨਾਂ ਨੇ ਕਿਸੇ ਦੀ ਸਿਲੈਕਟ ਨਹੀਂ ਹੋਈ ਪੇਂਟਿੰਗ ਅਕੈਡਮੀ 'ਚ ਉਹਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਮਿਲ ਕੇ ਇੱਕ ਨਡਾਰ ਫੋਟੋਗ੍ਰਾਫਰ ਹੁੰਦਾ ਸੀਗਾ ਫਰਾਂਸ ਉਹਦੇ ਅੰਡਰ ਇੱਕ ਐਗਜੀਬਿਸ਼ਨ ਲਾਈ ਉਹ ਮਾਡਰਨ ਆਰਟ ਦੀ ਦੁਨੀਆਂ ਦੇ ਵਿੱਚ ਪਹਿਲਾ ਸਟੈਪ ਹੈ ਜਿਵੇਂ ਆਧੁਨਿਕ ਕਲਾ ਉਹ ਰਿਜੈਕਟ ਹੋਏ ਲੋਕਾਂ ਵੱਲੋਂ ਜ਼ਿਆਦਾਤਰ ਜੀ ਅਤੇ ਕਲਾ ਆਲੋਚਕਾਂ ਵੱਲੋਂ ਜੀ ਪਰ ਉਹਨਾਂ ਨੇ ਇੱਕ ਨਵੀਂ ਪਿਰਤ ਪਾ ਦਿੱਤੀ ਉੱਥੋਂ ਕੰਮ ਸ਼ੁਰੂ ਹੋਇਆ ਜੀ ਹੋਰ ਬੋਲਡ ਹੁੰਦਾ ਗਿਆ ਕੰਮ ਰੰਗ ਹੋਰ ਬੋਲਡ ਲੱਗਦੇ ਗਏ ਉਹਨਾਂ ਦਾ ਮਕਸਦ ਇਹ ਸੀ ਕਿ ਜਿਵੇਂ ਸਾਨੂੰ ਮਹਿਸੂਸ ਹੁੰਦਾ ਉਵੇਂ ਬਣਾਉਣਾ ਨਾ ਕਿ ਜਿਵੇਂ ਦਿਖਦਾ ਔਰ ਇੰਡੀਆ ਦੇ ਵਿੱਚ ਤਾਂ ਇਹ ਬਹੁਤ ਪੁਰਾਣਾ ਹੋ ਰਿਹਾ ਮਾਡਰਨ ਆਰਟ ਜਿਹਨੂੰ ਮਾਡਰਨ ਆਰਟ ਉਹ ਕਹਿ ਰਹੇ ਆ ਸਾਡੇ ਇੰਡੀਆ ਦੇ ਵਿੱਚ ਜਿੰਨਾ ਵੀ ਕਲਾ ਹੋਈ ਹੈ ਮੂਰਤੀਆਂ ਬਣੀਆਂ ਤੁਸੀਂ ਅਜੰਤਾ 'ਚ ਪੇਂਟਿੰਗਸ ਹੋਈਆਂ ਜਾਂ ਖਜੁਰਾਹੋ 'ਚ ਮੂਰਤੀਆਂ ਬਣੀਆਂ ਜੀ ਉਹ ਤਾਂ ਹੈ ਹੀ ਜੋ ਮਹਿਸੂਸ ਹੁੰਦਾ ਉਹ ਬਣਾਇਆ ਹੁੰਦਾ ਜੀ 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 ਉਹ ਕਾਵਿਕ ਚਿੱਤਰ ਹੈ ਲੱਕ ਪਤਲਾ ਜਿਹਾ ਅੱਖਾਂ ਬਿਲਕੁਲ ਹਿਰਨ ਵਾਂਗੂ ਹੈ ਜੀ ਉਹ ਮਤਲਬ ਜਿਵੇਂ ਮਹਿਸੂਸ ਕੀਤਾ ਨਾ ਉਹਨਾਂ ਨੇ ਉਵੇਂ ਸਿਰਜਿਆ ਨਾ ਕਿ ਹੂ ਬਹੂ ਨਕਲ ਮਾਰੀ ਕੁਦਰਤ ਦੀ ਤਾਂ ਇਹ ਮਾਡਰਨ ਆਰਟ ਜੀ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਮੈਂ ਜਦੋਂ ਆਧੁਨਿਕ ਕਲਾ ਸਿੱਖਦਾ ਐਬਸਟ੍ਰੈਕਟ ਆਰਟ ਤੁਹਾਡੇ ਕਹਿਣਾ ਮਤਲਬ ਜੀ ਉਹ ਕਿਵੇਂ ਹੈ ਜੀ ਜੀ ਜੇ ਸਾਡੇ ਅਚੇਤ ਮਨ ਦੀ ਅਵਸਥਾ ਹੁੰਦੀ ਹੈ ਪੰਡਿਤ ਜੀ ਜੀ ਕਿਸੇ ਸਮੇਂ ਸਾਡਾ ਮਨ ਖੁਸ਼ ਹੁੰਦਾ ਕਿਸੇ ਸਮੇਂ ਸਾਡਾ ਮਨ ਉਦਾਸ ਹੁੰਦਾ ਹੁਣ ਜਦੋਂ ਤੁਹਾਡਾ ਮਨ ਖੁਸ਼ ਹੈ ਮੈਂ ਤੁਹਾਨੂੰ ਆਖਾਂ ਕਿ ਕੋਈ ਵੀ ਤੁਹਾਡੇ ਸਾਹਮਣੇ 10 ਰੰਗ ਰੱਖਦਾ ਤੇ ਕੋਈ ਵੀ ਰੰਗ ਜਿਹੜੇ 'ਚ ਜੀ ਕਰਦਾ ਬ੍ਰਸ਼ ਮਾਰੋ ਤੁਸੀਂ ਕਿਸੇ ਵੀ ਰੰਗ 'ਚ ਬ੍ਰਸ਼ ਮਾਰਤਾ ਅਸਲ 'ਚ ਤੁਸੀਂ ਕਿਸੇ ਵੀ ਰੰਗ 'ਚ ਬ੍ਰਸ਼ ਨਹੀਂ ਮਾਰਿਆ ਹੁੰਦਾ ਜੀ ਤੁਹਾਡੇ ਮਨ ਨੇ ਤੁਹਾਡੀ ਲਾਲ ਸ਼ੀਸ਼ੀ ਦੇ ਵਿੱਚ ਹੀ ਬ੍ਰਸ਼ ਨੂੰ ਲਿਜਾਣਾ ਹੁੰਦਾ ਜੀ ਤੇ ਜਦੋਂ ਤੁਸੀਂ ਖੁਸ਼ ਹੋ ਉਦੋਂ ਕਿਸੇ ਹੋਰ 'ਚ ਤੇ ਜਦੋਂ ਤੁਸੀਂ ਬਹੁਤ ਗੁੱਸੇ 'ਚ ਹੋ ਅਚਨਚੇਤ ਵੀ ਤੁਹਾਡਾ ਮਨ ਤੁਹਾਨੂੰ ਕਾਲੇ ਰੰਗ ਦੀ ਜਾਂ ਹਰ ਭੂਰੇ ਰੰਗ ਦੇ ਵਿੱਚ ਬ੍ਰਸ਼ ਨੂੰ ਲੈ ਫਿਰ ਮੈਂ ਤੁਹਾਨੂੰ ਕਹਾਂ ਸਟ੍ਰੋਕ ਲਾ ਦਿਉ ਤੁਸੀਂ ਜਦੋਂ ਖੁਸ਼ ਹੋਵੋਗੇ ਤੁਹਾਡਾ ਸਟ੍ਰੋਕ ਬੜੇ ਫਲੋ 'ਚ ਹੋਊਗਾ ਜੀ ਜਦੋਂ ਗੁੱਸੇ 'ਚੋਂ ਤੁਹਾਡਾ ਸਟ੍ਰੋਕ ਜਿਹੜਾ ਸਟ੍ਰੋਕ ਆ ਬੜਾ ਸਕਰੈਚ ਕਰੂ ਜੀ ਜੀ ਤਾਂ ਜਦੋਂ ਬੰਦਾ ਅਚਨਚੇਤ ਕੁਛ ਵੀ ਰੰਗ ਚੱਕ ਕੇ ਕਿਸੇ ਵੀ ਤਰੀਕੇ ਨਾਲ ਕੈਨਵਸ 'ਤੇ ਲਾ ਦੇ ਪਹਿਲੀ ਗੱਲ ਤਾਂ ਦਿਲ ਦੀ ਗੱਲ ਕਹਿ ਹੀ ਰਹੇ ਹੁੰਦੇ ਆ ਜੀ ਉਹਦੇ ਮਨ ਦੀ ਅਵਸਥਾ ਨੂੰ ਸਾਨੂੰ ਦੇਖਣਾ ਆਉਣਾ ਚਾਹੀਦਾ ਉਹਨੂੰ ਚਾਹੀਦਾ ਕਿ ਉਹ ਕਿਵੇਂ ਜੇ ਉਹਦੇ ਰੰਗ ਲੱਗੇ ਆ ਆਪਾਂ ਕਹਿੰਦੇ ਨਾ ਕਿ ਚਿੱਟਾ ਕੁੜਤਾ ਪਜਾਮਾ ਪਾਇਆ ਬੜਾ ਸ਼ਾਂਤੀ ਦੇ ਰਿਹਾ ਜੀ ਅੱਖਾਂ ਰਾਹ ਰੰਗ ਤਾਂ ਅੱਖਾਂ ਨੂੰ ਖਾਈ ਜਾਂਦਾ ਜੀ ਸਾਨੂੰ ਮਾਡਰਨ ਆਰਟ ਦਾ ਚਿੱਤਰ ਦੇਖ ਕੇ ਹੀ ਮਹਿਸੂਸ ਹੋ ਜਾਂਦਾ ਪਤਾ ਲੱਗ ਜਾਂਦਾ ਇਕੱਲੇ ਰੰਗ ਵੀ ਲੱਗੇ ਹੋਣ ਕਿ ਇਹ ਸਾਡੇ ਭਾਵ ਕਿਵੇਂ ਜੇ ਦਿਖਾ ਰਿਹਾ ਤੇ ਉਹਦੇ ਪਿੱਛੋਂ ਬਾਹਰੀਆਂ ਕਹਾਣੀਆਂ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੀ ਚਿੱਤਰ ਨੂੰ ਇਹੀ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਫੁੱਲਾਂ ਨੂੰ ਦੇਖ ਕੇ ਜੇ ਮੈਂ ਇਸ ਤਰ੍ਹਾਂ ਸਮਝਾਂ ਕਿ ਮਾਡਰਨ ਆਰਟ ਜੋ ਹੈ ਉਹ ਸਿਰਫ ਕਲਾਕਾਰ ਲਈ ਹੀ ਹੈ ਨਹੀਂ ਦਰਸ਼ਕ ਲਈ ਵੀ ਦਰਸ਼ਕ ਲਈ ਉਹਦੇ ਵਿੱਚ ਸਮਝਣ ਨੂੰ ਕੁਛ ਨਹੀਂ ਹੈ ਕਿਉਂਕਿ ਤੁਹਾਡੀਆਂ ਉਹ ਭਾਵਨਾਵਾਂ ਤੁਸੀਂ ਵਿਅਕਤ ਕਰ ਰਹੇ ਹੋ ਮਾਡਰਨ ਆਰਟ ਦੇ ਵਿੱਚ ਉਹਦੀਆਂ ਭਾਵਨਾਵਾਂ ਉਹਦੇ ਨਾਲ ਨਹੀਂ ਜੁੜਦੀਆਂ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਅਜੰਤਾ ਅਰੋਰਾ ਦੀ ਗੱਲ ਕੀਤੀ ਤਸਵੀਰਾਂ ਬਣੀਆਂ ਵੀ ਹੈ ਤਾਂ ਤੁਸੀਂ ਗੱਲ ਕੀਤੀ ਕਿ ਜਦੋਂ ਮਾਡਰਨ ਆਰਟ ਦੀ ਸ਼ੁਰੂਆਤ ਹੋਈ ਉਹਨਾਂ ਨੇ ਖੇਤਾਂ ਦੀਆਂ ਪੇਂਟਿੰਗਸ ਬਣਾਈਆਂ ਹੈ ਨਾ ਅਤੇ ਹੋਰ ਤਰ੍ਹਾਂ ਦੇ ਜਿਹੜੇ ਜਿਨ੍ਹਾਂ ਨੂੰ ਕਿ ਅਸੀਂ ਦੇਖ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਜੁੜ ਸਕਦੇ ਹਾਂ ਮੈਂ ਇੱਥੇ ਇੱਕ ਐਗਜ਼ਾਮਪਲ ਦਊਂਗਾ ਤੁਹਾਨੂੰ ਆਪਾਂ ਗਏ ਜੀ ਪਹਾੜਾਂ 'ਚ ਜੀ ਅਸੀਂ ਰਾਤ ਨੂੰ ਪਹੁੰਚੇ ਹੋਟਲ ਦੇ ਕਮਰੇ 'ਚ ਰੁਕੇ ਜੀ ਸਵੇਰੇ ਸਵੇਰੇ ਅਸੀਂ ਪਹਾੜ ਦੇਖ ਨਹੀਂ ਸਕੇ ਸਵੇਰੇ ਸਵੇਰੇ ਅਸੀਂ ਪਰਦਾ ਹਟਾਇਆ ਜੀ ਅਤੇ ਅਸੀਂ ਦੇਖਦੇ ਹਾਂ ਸਾਹਮਣੇ ਰੰਗ ਬਿਰੰਗੇ ਪਹਾੜ ਹੈ ਪਿੱਛੇ ਸੂਰਜ ਨਿਕਲ ਰਿਹਾ ਜੀ ਅਸੀਂ ਦੇਖ ਕੇ ਸਾਡੇ ਮੂੰਹ ਅਚਨਚੇਤੀ ਨਿਕਲ ਜਾਂਦਾ ਆਹ ਆਨੰਦ ਆ ਗਿਆ ਜੀ ਕੀ ਅਸੀਂ ਉਦੋਂ ਇਹ ਕਹਿੰਦੇ ਕਿ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ ਜੀ ਸੰਤਰੀ ਰੰਗ ਇਹ ਦਿਖਾਉਂਦਾ ਤਾਂ ਕਰਕੇ ਸਾਨੂੰ ਇਹ ਦ੍ਰਿਸ਼ ਸੋਹਣਾ ਲੱਗ ਰਿਹਾ ਹੈ ਜੀ ਜੀ ਸਾਨੂੰ ਤਾਂ ਪਹਾੜਾਂ ਦੀ ਵੀ ਐਬਸਟ੍ਰੈਕਟ ਫੋਰਮ ਹੈ ਉਹਦੇ ਵਿੱਚ ਕੋਈ ਐਸੀ ਫੋਰਮ ਨਹੀਂ ਪਹਾੜਾਂ ਦੀ ਫੋਰਮ ਇਹੀ ਹੈ ਬਸ ਇੱਧਰ ਉੱਧਰ ਲਾਈਨਾਂ ਵੱਜੀਆਂ ਹੋਈਆਂ ਜੀ ਪਿੱਛੇ ਰੰਗ ਲੱਗੇ ਹੋਏ ਆ ਜੀ ਜੀ ਉਹ
ਕੁਦਰਤ ਦੇ ਰੰਗ ਲੱਗੇ ਹੋਏ ਆ, ਇੱਕ ਚਿੱਤਰਕਾਰ ਨੇ ਲਾਏ ਹੁੰਦੇ ਜੀ। ਤਾਂ ਮਾਡਰਨ ਆਰਟ ਨੂੰ ਇਹੀ ਦੇਖਣਾ ਚਾਹੀਦਾ ਕਿ ਜਿਵੇਂ ਤੁਸੀਂ ਪਹਾੜਾਂ ਨੂੰ ਦੇਖ ਰਹੇ ਹੋ ਜਾਂ ਫੁੱਲਾਂ ਨੂੰ ਦੇਖ ਰਹੇ ਹੋ, ਉਹਦੇ ਪਿੱਛੇ ਕਹਾਣੀ ਲੱਭਣ ਦੀ ਕੋਸ਼ਿਸ਼ ਕਰਨੀ ਹੀ ਨਹੀਂ ਚਾਹੀਦੀ ਐਬਸਟ੍ਰੈਕਟ ਆਰਟ ਨੂੰ। ਗੁਰਪ੍ਰੀਤ ਜੀ, ਇੱਕ ਚੀਜ਼ ਹੋਰ ਜੋ ਸਾਹਮਣੇ ਆਉਂਦੀ ਹੈ ਕਿ ਜਿਸ ਤਰ੍ਹਾਂ ਆਪਾਂ ਮਾਡਰਨ ਆਰਟ ਦੀ ਗੱਲ ਕਰਦੇ ਸੀਗੇ, ਹਿਸਟੋਰੀਕਲ ਪੇਂਟਿੰਗਸ ਦੀ ਗੱਲ ਕਰਦੇ ਸੀਗੇ, ਬ੍ਰਸ਼ ਦੀ ਗੱਲ ਕਰਦੇ ਸੀਗੇ, ਪਰ ਅੱਜ ਦਾ ਜੋ ਟਾਈਮ ਚੱਲ ਰਿਹਾ ਹੈ ਉਹ ਟੈਕਨੀਕ ਦੇ ਨਾਲ ਚੇਂਜ ਹੋ ਗਿਆ ਹੈਗਾ, ਕਿ ਟੈਕਨੀਕ ਦੇ ਨਾਲ ਜੁੜ ਕੇ ਵੀ ਤੁਸੀਂ ਕੋਈ ਕਿਸੇ ਉਸਦੇ ਵਿੱਚ ਕੰਮ ਕਰ ਰਹੇ ਹੋ? ਹਾਂਜੀ, ਕਿਉਂ ਨਹੀਂ ਜੀ। ਕਲਾ ਦੇ ਵਿੱਚ ਤਾਂ ਹੁਣ ਬਹੁਤ ਹੀ ਕੁਛ ਹੋ ਰਿਹਾ, ਐਸੇ ਪ੍ਰਯੋਗ ਹੋ ਰਹੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਲਾਈਵ ਆਰਟ ਹੋ ਰਿਹਾ, ਪਰਫਾਰਮੈਂਸ ਆਰਟ ਹੋ ਰਿਹਾ, ਵੀਡੀਓ ਆਰਟ ਹੋ ਰਿਹਾ ਜੀ। ਮੈਂ ਇਹਨਾਂ ਸਾਰਿਆਂ 'ਚ ਤਾਂ ਨਹੀਂ ਕੀਤਾ ਜੀ, ਹਾਂ ਇੰਸਟਾਲੇਸ਼ਨ ਜਾਂ ਕੁਛ ਕੀਤੇ ਆ, ਪਰ ਇਹਨਾਂ ਤੋਂ ਬਿਨਾਂ ਟੈਕਨੀਕਲੀ ਇੱਕ ਸਾਡੇ ਕੋਲ ਅੱਜ ਦਾ ਸਾਧਨ ਹੈ ਜਿਹੜਾ, ਜਦੋਂ ਜਿਹਦੇ ਲਈ ਸਾਨੂੰ ਕੈਨਵਸ ਤੇ ਬਰੱਸ਼ ਦੀ ਲੋੜ ਨਹੀਂ ਪੈਂਦੀ, ਉਹ ਹੈ ਕੈਮਰਾ ਜੀ, ਫੋਟੋਗ੍ਰਾਫੀ ਜੀ। ਤਾਂ ਫੋਟੋਗ੍ਰਾਫੀ ਵੈਸੇ ਤਾਂ 1850 ਤੋਂ ਵੀ ਪਹਿਲਾਂ ਸ਼ੁਰੂ ਹੋ ਗਈ ਸੀ ਜੀ, ਪਰ ਸਾਡੇ ਕੋਲ 1900 ਤੋਂ ਬਾਅਦ ਪਹੁੰਚੀ ਹੈ ਇੰਡੀਆ 'ਚ। ਅੰਗਰੇਜ਼ ਵੈਸੇ ਤਾਂ ਲੈ ਆਏ ਸੀ ਪਹਿਲਾਂ, ਪਰ ਸਾਡੇ ਕੋਲ ਐਜ਼ ਆ ਕਲਾ ਜੀ ਅਸੀਂ ਉਹਨੂੰ ਕਬੂਲ ਹੁਣ ਕੀਤਾ ਪੰਜਾਬੀ ਜੀ। ਅਤੇ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਜੀ, ਫੋਟੋਗ੍ਰਾਫੀ ਦੇ ਵਿੱਚ ਫੀਲਡ 'ਚ ਮੈਂ ਕਾਫੀ ਕੰਮ ਕਰ ਚੁੱਕਿਆ ਜੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਮੈਂ ਫੋਟੋਗ੍ਰਾਫੀ ਸ਼ੁਰੂ ਤਾਂ ਐਜ਼ ਆ ਜਨਰਲ ਫੋਟੋਗ੍ਰਾਫੀ ਕੀਤੀ ਸੀ, ਲੈਂਡਸਕੇਪ ਫੋਟੋਗ੍ਰਾਫੀ ਤੋਂ ਲਗਭਗ ਹਰੇਕ ਫੋਟੋਗ੍ਰਾਫਰ ਸ਼ੁਰੂ ਕਰਦਾ ਕੰਮ ਜੀ। ਅਤੇ ਉਵੇਂ ਕੀਤੀ ਸੀ ਸ਼ੁਰੂ, ਜਦੋਂ ਮੈਂ ਟਰੈਕਿੰਗ 'ਤੇ ਜਾਂਦਾ ਉਸ ਟਾਈਮ ਜੋ ਫੋਟੋਗ੍ਰਾਫਸ ਖਿੱਚਦਾ ਸੀਗਾ, ਜੋ ਸ਼ਾਰਟਸ ਲੈਂਦਾ ਸੀਗਾ, ਉਹਨਾਂ ਨੂੰ ਇੰਜੋਏ ਕਰਦਾ ਸੀ। ਪਰ ਜਿਵੇਂ ਮੇਰੇ ਉਸਤਾਦ ਨੇ ਦੱਸਿਆ ਕਿ ਤੇਰਾ ਕੰਮ ਕਰਨ ਦਾ ਜਿਹੜਾ ਮੇਨ ਜਾਨਰ ਹੈ ਉਹ ਪੀਪਲ, ਲੋਕ ਹੈ, ਤਾਂ ਮੇਰਾ ਜੋ ਫੋਟੋਗ੍ਰਾਫੀ ਕਰਨ ਦਾ ਜਾਨਰ ਸੀ ਉਹ ਲੋਕ ਸੀ ਜੀ। ਲੋਕ ਖਿੱਚ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਜੀ। ਅਤੇ ਹੁਣ ਵੀ ਜਿਹੜਾ ਮੈਂ ਕੰਮ ਕਰ ਰਿਹਾ ਫੋਟੋਗ੍ਰਾਫੀ ਦੇ ਵਿੱਚ, ਸੀਰੀਜ਼ ਇੱਕ ਕਰ ਰਿਹਾ, ਉਹ ਮੈਂ ਰਾਈਟਰਸ ਦੀ ਕਰ ਰਿਹਾ ਕਿ ਪੰਜਾਬੀ ਦੇ ਜਿਹੜੇ ਰਾਈਟਰਸ ਹੈ ਨਾ ਜੀ, ਉਹ ਵਿਚਾਰੇ ਬੜੇ ਵਿਚਾਰੇ ਕਹਿ ਲਓ ਜੀ, ਕਿ ਏਡੇ ਕਮਾਲ ਦੇ ਸਾਡੇ ਕੋਲ ਲੇਖਕ ਹੋਏ ਆ, ਕਮਾਲ ਦੇ ਸੰਗੀਤਕਾਰ ਹੋਏ ਆ ਜੀ, ਪਰ ਉਹਨਾਂ ਦੀਆਂ ਤਸਵੀਰਾਂ ਨਹੀਂ ਹੈਗੀਆਂ ਸਾਡੇ ਕੋਲ ਜੀ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਲਾਲ ਸਿੰਘ ਦਿੱਲ ਐਗਜ਼ੈਕਟ ਕਿਹੋ ਜਿਹਾ ਲੱਗਦਾ ਸੀ ਜੀ, ਜਾਂ ਸ਼ਿਵ ਕੁਮਾਰ ਬਟਾਲਵੀ ਜਦਕਿ ਕਿੱਦੇ ਅੱਜ ਦੇ ਦੌਰ ਦੇ ਵਿੱਚ ਪੈਦਾ ਹੋਇਆ, ਉਹਦੀ ਸਿਰਫ ਇੱਕ ਹੀ ਵੀਡੀਓ ਇੰਟਰਵਿਊ ਜੀ, ਤਾਂ ਫੋਟੋਗ੍ਰਾਫਸ ਵੀ ਉਹਦੀਆਂ ਕੋਈ ਬਹੁਤ ਜ਼ਿਆਦਾ ਨਹੀਂ ਜਿਹੜੀਆਂ ਚੀਜ਼ ਖਾਸ ਤੌਰ 'ਤੇ ਜੀ। ਹਾਂ, ਜੇ ਸੁਰਜੀਤ ਪਾਤਰ ਆਪਦੀ ਫੋਟੋ ਦੇ ਵਿੱਚ ਬੈਂਕ ਮੈਨੇਜਰ ਲੱਗੀ ਜਾਵੇ, ਕੋਟ ਟਾਈ ਬੰਨ ਕੇ ਅਤੇ ਹੋਰ ਉਹ ਲੱਗੇ ਨਾ ਕਵੀ ਸੁਰਜੀਤ ਪਾਤਰ, ਤਾਂ ਮੈਨੂੰ ਐਸਾ ਫੋਟੋ ਮੈਨੂੰ ਨਹੀਂ ਵਧੀਆ ਲੱਗਦੀ ਜੀ। ਤਾਂ ਇਸ ਲਈ ਮੈਂ ਇੱਕ ਕਵੀਆਂ ਦੀ, ਸਾਹਿਤਕਾਰਾਂ ਦੀ ਫੋਟੋਗ੍ਰਾਫੀ ਦੀ ਸੀਰੀਜ਼ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਕਾਫੀ ਹੋ ਗਏ ਜੀ, ਅਤੇ ਬਾਕੀ ਚੱਲ ਰਿਹਾ ਕੰਮ ਹੌਲੀ ਹੌਲੀ। ਤੁਹਾਡੇ ਜਵਾਬ ਦੇ ਵਿੱਚੋਂ ਇੱਕ ਚੀਜ਼ ਹੋਰ ਨਿਕਲ ਕੇ ਆ ਰਹੀ ਹੈ ਗੁਰਪ੍ਰੀਤ ਜੀ, ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਫੋਟੋਗ੍ਰਾਫੀ ਦੇ ਵਿੱਚ ਲੇਖਕਾਂ ਦੀ, ਸਾਹਿਤਕਾਰਾਂ ਦੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡਾ ਸੰਬੰਧ ਜੋ ਹੈ ਉਹ ਲਿਟਰੇਚਰ ਨਾਲ ਵੀ ਰਿਲੇਟਡ ਹੈ, ਕਿਉਂਕਿ ਸੂਖਮ ਕਲਾਵਾਂ ਜੋ ਹੈ ਉਹ ਕਿਤੇ ਨਾ ਕਿਤੇ ਜਾ ਕੇ ਇੱਕ ਦੂਸਰੇ ਨਾਲ ਰਿਲੇਟਡ ਹੁੰਦੀਆਂ ਨੇ, ਤਾਂ ਕੀ ਤੁਹਾਡਾ ਵੀ ਸਾਹਿਤ ਨਾਲ ਕੋਈ ਸੰਬੰਧ ਹੈ? ਪੂਰਾ ਪੂਰਾ ਜੀ ਜੀ, ਮੈਨੂੰ ਪੜ੍ਹਨ ਦਾ ਤਾਂ ਬਹੁਤ ਸ਼ੌਂਕ ਹੈ ਜੀ, ਪਹਿਲੀ ਗੱਲ ਜੀ ਜੀ, ਪੜ੍ਹਨ ਦਾ ਸ਼ੌਂਕ ਮੈਨੂੰ ਸੱਤਵੀਂ ਅੱਠਵੀਂ 'ਚ ਪੈ ਗਿਆ ਸੀ, ਮੇਰੀ ਵੱਡੀ ਭੈਣ ਦੱਸਿਆ ਤੁਹਾਨੂੰ, ਉਹ ਮੇਰੇ ਤੋਂ ਕਾਫੀ ਵੱਡੀ ਸੀ, 10 ਸਾਲ ਵੱਡੀ ਸੀ ਜੀ, ਉਹ MA ਕਰ ਰਹੀ ਸੀ ਪੰਜਾਬੀ ਦੇ ਅਤੇ ਮੈਂ ਸੱਤਵੀਂ ਅੱਠਵੀਂ 'ਚ ਸੀ ਜੀ, ਅਤੇ ਮੈਂ ਉਸ ਟਾਈਮ ਉਹਦੀਆਂ ਕਿਤਾਬਾਂ ਪੜ੍ਹਦਾ ਸੀ, ਇਸ ਹਿਸਾਬ ਨਾਲ ਮੈਂ ਸੱਤਵੀਂ 'ਚ ਪਾਸ ਪੜ੍ਹਨ ਲੱਗ ਗਿਆ ਸੀ ਜੀ ਜੀ। ਅਤੇ ਉਦੋਂ ਤੋਂ ਸੰਤਰਾ ਹੁੰਦਾ ਸੀ ਲਾਲ ਸਿੰਘ ਦੇ ਲੜਕੇ ਕਵੀ, ਉਦੋਂ ਤੋਂ ਪੜ੍ਹਨੇ ਸ਼ੁਰੂ ਕਰਤੇ ਜੀ। ਪੜ੍ਹਨ ਤੋਂ ਬਾਅਦ ਫਿਰ ਲਿਖਣ ਦੀ ਵੀ ਪੈ ਗਿਆ ਸ਼ੌਂਕ, ਲਿਖਣ ਦਾ ਵੀ ਜੀ, ਥੀਏਟਰ ਨਾਲ ਜੁੜ ਕੇ ਉਹਦੇ ਵਿੱਚੋਂ ਵੀ ਪੈ ਗਿਆ ਸ਼ੌਂਕ ਲਿਖਣ ਦਾ ਜੀ।
ਕਵਿਤਾਵਾਂ ਲਿਖਣ ਦਾ ਮੈਨੂੰ ਸ਼ੌਕ ਹੈ ਜੀ। ਕਵਿਤਾ ਇੱਕ ਵਧੀਆ ਮਾਧਿਅਮ ਹੈ। ਮੈਂ ਕਦੇ ਜ਼ੋਰ ਲਾ ਕੇ ਕਵਿਤਾ ਨਹੀਂ ਲਿਖੀ ਕਿ ਸੋਚ ਕੇ ਕਵਿਤਾ ਲਿਖੀ। ਮੈਂ ਕਵਿਤਾ ਉਦੋਂ ਹੀ ਲਿਖਦਾ ਜਦੋਂ ਆਉਂਦੀ ਜੀ। ਬਾਬਾ ਨਾਨਕ ਕਹਿੰਦਾ ਵੀ ਮਰਦਾਨਿਆਂ ਰਬਾਬ ਸ਼ੇਰ ਬਾਣੀ ਹੈ ਜੀ ਜੀ। ਅਸਲ 'ਚ ਤਾਂ ਸਹੀ ਕਵਿਤਾ ਤਾਂ ਆਉਂਦੀ ਹੁੰਦੀ ਜੀ, ਲਿਖੀ ਨਹੀਂ ਜਾ ਸਕਦੀ। ਤਾਂ ਇਸ ਕਰਕੇ ਮੈਂ ਰੈਗੂਲਰ ਕਵੀ ਨਹੀਂ ਹੈ ਕੋਈ। ਮੈਂ ਕਦੇ ਕਦਾਈ ਜਦੋਂ ਆਪਣੇ ਆਪ ਅੰਦਰੋਂ ਮਾਨਸਿਕ ਤਣਾਅ ਕਹਿ ਲਓ, ਮਾਨਸਿਕ ਖੁਸ਼ੀ ਕਹਿ ਲਓ, ਜਦੋਂ ਜਿਹੜੀ ਚੀਜ਼ ਸੰਭਾਲੀ ਨਾ ਜਾਵੇ ਅਤੇ ਕੋਲੇ ਕੈਨਵਸ ਵੀ ਨਾ ਹੋਵੇ, ਤਾਂ ਉਦੋਂ ਆਪਣੇ ਆਪ ਸ਼ਬਦਾਂ 'ਚ ਜਾਂ ਕੋਈ ਆਪਣੇ ਆਪ ਉੱਤਰ ਹੀ ਸ਼ਬਦਾਂ 'ਚ ਰਹੀ ਹੋਵੇ ਜੀ ਜੀ, ਤਾਂ ਉਹ ਉੱਤਰ ਆਉਂਦੀ ਹੈ। ਸਾਡੇ ਵਿਜੇ ਵਿਵੇਕ ਆ ਬੜੇ ਵਧੀਆ ਪੋਇਟ, ਉਹ ਵੀ ਕਹਿੰਦੇ ਆ ਕਿ ਕਹਿੰਦੇ ਯਾਰ ਗੁਰਪ੍ਰੀਤ ਮੈਨੂੰ ਐਂ ਲੱਗਦਾ ਵੀ ਕਵਿਤਾ ਤਾਂ ਨਾ ਸਾਰੇ ਕਿਤੇ ਪਈ ਹੁੰਦੀ ਜੀ, ਉਹ ਕਿਹੜੇ ਵੇਲੇ ਅੰਦਰ ਆ ਜੂਗੀ, ਉਤਰਿਓ ਅਤੇ ਸਾਡੇ ਥਰੂ ਕਾਗਜ਼ 'ਤੇ ਉਤਰਿਓ ਜੀ, ਉਹ ਨਹੀਂ ਪਤਾ ਕਦੋਂ ਆ ਜੀ। ਤਾਂ ਮੈਂ ਕਵਿਤਾ ਐਂ ਹੀ ਲਿਖੀ ਹੈ ਜੀ। ਮੈਂ ਚਾਹੁੰਦਾ ਗੁਰਪ੍ਰੀਤ ਜੀ, ਜੋ ਤੁਸੀਂ ਕਵਿਤਾਵਾਂ ਲਿਖੀਆਂ, ਜੋ ਤੁਹਾਡੇ ਉਤਰੀਆਂ ਜਿਹਨੂੰ ਆਪਾਂ ਕਹਿ ਦਾਂਗੇ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਿਕ, ਤਾਂ ਉਹ ਕੋਈ ਦੋ ਲਾਈਨਾਂ ਕਿਸੇ ਵੀ ਕਵਿਤਾ ਦੀਆਂ ਤੁਸੀਂ ਸਾਂਝੀਆਂ ਕਰੋ ਸਾਡੇ ਨਾਲ ਜੀ ਜੀ। ਜਿਵੇਂ ਕਿ ਪਿੱਛੇ ਜੇ ਅਬਦੁਲ ਕਲਾਮ ਸਾਹਿਬ ਦੀ ਜਦੋਂ ਡੈਥ ਹੋਈ ਜੀ, ਉਦੋਂ ਵੀ ਮੈਨੂੰ ਸੱਚੀ ਮੁੱਚੀ ਦੁੱਖ ਹੋਇਆ, ਸਾਰੇ ਮੈਨੂੰ ਵੀ ਸਾਰੇ ਇੰਡੀਆ ਨੂੰ ਹੋਇਆ ਜੀ। ਉਦੋਂ ਵੀ ਮੈਂ ਕਵਿਤਾ ਲਿਖੀ ਸੀ ਜੀ, ਪਹਿਲਾਂ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਛੋਟੀ ਜਿਹੀ ਕਵਿਤਾ ਜੀ, ਕਵਿਤਾ ਦੇ ਨਾਮ ਤੋਂ ਘਬਰਾਉਣਾ ਨਹੀਂ ਜੀ। ਅੱਜ ਸੱਚਮੁੱਚ ਇੱਕ ਵੱਡਾ ਦਰਖਤ ਡਿੱਗਿਆ, ਅੱਜ ਸੱਚਮੁੱਚ ਇੱਕ ਵੱਡਾ ਦਰਖਤ ਡਿੱਗਿਆ, ਪਰ ਅੱਜ ਧਰਤੀ ਬਿਲਕੁਲ ਨਹੀਂ ਕੰਬੀ, ਅੱਜ ਧਰਤੀ ਬਿਲਕੁਲ ਨਹੀਂ ਕੰਬੀ, ਅੱਜ ਧਰਤੀ ਰੋਈ ਤੇ ਰੱਜ ਕੇ ਰੋਈ, ਅੱਜ ਧਰਤੀ ਰੋਈ ਤੇ ਰੱਜ ਕੇ ਰੋਈ। ਯਾਦ ਹੈ ਉਦੋਂ, ਹਾਂ ਉਹੀ 84, ਯਾਦ ਹੈ ਉਦੋਂ, ਹਾਂ ਉਹੀ 84, ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਹਰ ਧਰਤੀ ਤੋਂ ਕਾਂਪਤੀ ਹੀ ਹੈ, ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋਂ ਕਾਂਪਤੀ ਹੀ ਹੈ। ਜੀ ਕਰਦਾ ਕੱਢ ਲਿਆਵਾਂ ਇਤਿਹਾਸ 'ਚੋਂ ਉਹੀ ਕਿਰਦਾਰ, ਜੀ ਕਰਦਾ ਕੱਢ ਲਿਆਵਾਂ ਇਤਿਹਾਸ 'ਚੋਂ ਉਹੀ ਕਿਰਦਾਰ, ਤੇ ਆਖਾਂ ਕਿ ਦੇਖ ਗੌਰ ਨਾਲ ਦੇਖ, ਇਸ ਨੂੰ ਕਹਿੰਦੇ ਨੇ ਕਿਸੇ ਵੱਡੇ ਦਰਖਤ ਦਾ ਡਿੱਗਣਾ, ਵਾਹ, ਇਸ ਨੂੰ ਕਹਿੰਦੇ ਨੇ ਕਿਸੇ ਵੱਡੇ ਦਰਖਤ ਦਾ ਡਿੱਗਣਾ, ਤੇ ਕਿਸੇ ਸੱਚਮੁੱਚ ਦੇ ਵੱਡੇ ਦਰਖਤ ਦੇ ਡਿੱਗਣ ਨਾਲ ਧਰਤੀ ਕੰਬਦੀ ਨਹੀਂ, ਧਰਤੀ ਰੋਂਦੀ ਹੈ ਤੇ ਰੱਜ ਕੇ ਰੋਂਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਇੱਕ ਅਬਦੁਲ ਕਲਾਮ ਸਾਹਿਬ ਦਾ ਚਿੱਤਰ ਵੀ ਬਣਾਇਆ ਸੀਗਾ ਜੀ ਫਟਾਫਟ, ਉਦੋਂ ਹੀ 5-4 ਮਿੰਟਾਂ 'ਚ ਜੀ, ਅਤੇ ਕਾਫੀ ਮਕਬੂਲ ਹੋਇਆ ਫੇਸਬੁੱਕ 'ਤੇ ਜੀ ਜੀ ਜੀ। ਗੁਰਪ੍ਰੀਤ ਜੀ, ਗੱਲਾਂ ਗੱਲਾਂ ਦੇ ਵਿੱਚ ਜ਼ਿਕਰ ਹੋਇਆ ਸੀ ਕਿ ਤੁਸੀਂ ਥੀਏਟਰ ਦੇ ਨਾਲ ਵੀ ਸੰਬੰਧ ਰਿਹਾ ਤੁਹਾਡਾ, ਮੈਂ ਪੁੱਛਣਾ ਚਾਹੁੰਦਾ ਕਿ ਥੀਏਟਰ ਨਾਲ ਤੁਸੀਂ ਤੁਹਾਡਾ ਸੰਬੰਧ ਕਿਸ ਤਰ੍ਹਾਂ ਰਿਹਾ, ਐਕਟ ਕਰਦੇ ਸੀ, ਡਾਇਰੈਕਟ ਕਰਦੇ ਸੀ, ਜਾਂ ਥੀਏਟਰ ਦੇ ਕਿਸ ਫੀਲਡ ਦੇ ਵਿੱਚ ਕੰਮ ਕੀਤਾ ਤੁਸੀਂ? ਜਿਹੜਾ ਬੰਟੀ ਜੀ ਥੀਏਟਰ ਨਾਲ ਤੁਸੀਂ ਵੀ ਜੁੜੇ ਰਹੇ ਹੋ ਜੀ, ਥੀਏਟਰ ਐਸੀ ਚੀਜ਼ ਹੈ ਜਿਹੜਾ ਸਾਰੀਆਂ ਕਲਾਵਾਂ ਦਾ ਸੁਮੇਲ ਹੈ ਜੀ। ਲਿਟਰੇਚਰ ਹੈ, ਪੇਂਟਿੰਗ ਹੈ, ਉਹ ਭਾਵੇਂ ਉਹ ਕਵਿਤਾ ਹੈ, ਭਾਵੇਂ ਉਹ ਗਾਇਕੀ ਹੈ, ਸਾਰੀਆਂ ਚੀਜ਼ਾਂ ਦਾ ਸੁਮੇਲ ਜੀ। ਅਤੇ ਜਿਹੜਾ ਇੱਕ ਥੀਏਟਰ 'ਚ ਕੰਮ ਕਰਨ ਲੱਗਾ ਨਾ, ਪੰਜਾਬ ਦਾ ਥੀਏਟਰ ਵਾਲਾ ਖਾਸ ਤੌਰ 'ਤੇ, ਉਹ ਕਾਮਾ ਹੁੰਦਾ ਜੀ, ਥੀਏਟਰ ਕਾਮਾ ਜੀ, ਫਿਰ ਉਹ ਸਾਰਾ ਕੁਛ ਹੀ ਕਰਦਾ ਜੀ। ਮੈਂ ਉਸ 'ਚ ਮੇਕਅਪ ਮੈਨ ਤੋਂ ਲੈ ਕੇ ਸੈੱਟ ਡਿਜ਼ਾਈਨਰ ਅਤੇ ਐਕਟਰ ਤੋਂ ਲੈ ਕੇ ਡਾਇਰੈਕਟਰ ਤੱਕ ਸਾਰੇ ਕੰਮ ਹੀ ਕੀਤੇ ਜੀ। ਜੀ ਜੀ ਜੀ। ਅਤੇ ਪਹਿਲੀ ਵਾਰੀ ਸਬੱਬ ਇਹ ਹੋਇਆ ਕਿ ਮੈਂ ਸਕੂਲ ਟਾਈਮ ਦਾ ਥੀਏਟਰ ਕਰਦਾ ਸੀ, ਜਿਵੇਂ ਸਕੂਲ 'ਚ ਹੁੰਦਾ ਸਾਡੇ ਥੀਏਟਰ ਹੁੰਦਾ ਸੀਗਾ, ਪਰ ਜਿਹੜਾ ਮੈਚੋਰ ਥੀਏਟਰ ਹੈ ਉਹ ਮੈਂ ਟੋਨੀ ਬਾਦਿਸ਼ ਨਾਲ ਸ਼ੁਰੂ ਕੀਤਾ। ਮੈਂ ਆਪਣੀ ਇੱਕ ਪ੍ਰਦਰਸ਼ਨੀ 'ਚ ਖੜਾ ਸੀਗਾ, ਪਲੱਸ ਟੂ ਤੋਂ ਬਾਅਦ ਦੀ ਗੱਲ ਹੈ ਜੀ, ਅਤੇ ਟੋਨੀ ਬਾਦਿਸ਼ ਕਿਸੇ
ਕਲੇ ਦੀ ਰਿਹਾਸਲ ਕਰਾ ਰਹੇ ਸੀਗੇ ਟੀਚਰ ਹੁਣ ਸਾਡੇ ਇੱਥੇ ਗਾਰਡ ਹੈ ਜਿਹੜਾ ਸਾਡੀਆਂ ਕਲਾਵਾਂ ਦਾ ਜੀ ਤੇ ਮੈਂ ਜਾ ਕੇ ਖੜਾ ਰਿਹਾਸਲ ਦੇਖਦਾ ਸੀ ਉਹਨਾਂ ਦਾ ਜਿਵੇਂ ਆਦਤ ਉਹਨਾਂ ਨੇ ਸੱਦ ਲਿਆ ਓਏ ਇਧਰਾ ਜੀ ਹਾਂਜੀ ਮੈਨੂੰ ਜਾਣਦਾ ਮੈਂ ਕਿਹਾ ਨਾ ਜੀ ਜੀ ਅੱਛਾ ਕੀ ਕਰਦਾ ਮੈਂ ਕਿਹਾ ਪੇਂਟਿੰਗ ਕਰਦਾ ਜੀ ਮੇਰੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਅੱਛਾ ਟੋਨੀ ਬਾਦ ਜੀ ਦਾ ਨਾਮ ਸੁਣਿਆ ਜੀ ਹਾਂਜੀ ਸੁਣਿਆ ਜੀ ਕਹਿੰਦੇ ਜਾਣਦਾ ਟੋਨੀ ਬਾਦਸ਼ ਨੂੰ ਮੈਂ ਕਿਹਾ ਹਾਂ ਜਾਣਦਾ ਜੀ ਕਹਿੰਦੇ ਤੈਨੂੰ ਪਤਾ ਮੈਂ ਹੀ ਹਾਂ ਟੋਨੀ ਬਾਦਸ਼ ਘਬਰਾ ਗਿਆ ਮੈਂ ਕਿਹਾ ਨਾ ਤਾਂ ਸੁਣਿਆ ਜੀ ਮੈਂ ਜਾਣਦਾ ਤੁਹਾਨੂੰ ਹੋਰ ਤਰੀਕੇ ਨਾਲ ਜੀ 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 ਕਹਿੰਦੇ ਕਿਸ ਤਰੀਕੇ ਨਾਲ ਜਾਣਦਾ ਮੈਨੂੰ ਜੀ ਮੈਂ ਕਿਹਾ ਮੈਂ ਜਾਣਦਾ ਇਸ ਤਰੀਕੇ ਨਾਲ ਜੀ ਮੇਰੀ ਵੱਡੀ ਭੈਣ ਨੇ ਵੀ ਤੁਹਾਡੇ ਨਾਲ ਚ ਕੰਮ ਕੀਤਾ ਉਹ ਦੱਸਦੀ ਹੁੰਦੀ ਸੀ ਵੀ ਟੋਨੀ ਬਾਦਸ਼ ਸਰ ਆਇਆ ਤੇ ਆਇਆ ਜੀ ਕੀ ਨਾਂ ਤੇਰੀ ਭੈਣ ਦਾ ਮੈਂ ਕਿਹਾ ਜੀ ਮੇਰੀ ਭੈਣ ਦਾ ਨਾਮ ਤਰਸ਼ਿੰਦਰ ਹੈ ਅੱਛਾ ਅੱਛਾ ਉਹ ਤਾਂ ਬੜੀ ਬੀਬੀ ਕੁੜੀ ਹੈ ਮੈਂ ਕਿਹੜਾ ਬਦਮਾਸ਼ ਹੈ ਤੇ ਕਹਿੰਦੇ ਨਹੀਂ ਨਹੀਂ ਤੁਹਾਡਾ ਤਾਂ ਟੱਬਰ ਵਾਲਾ ਬਹੁਤ ਵਧੀਆ ਸਾਊਪਰ ਟੱਬਰ ਹੈ ਤੁਹਾਡਾ ਮੈਂ ਕਿਹਾ ਸ਼ਾਇਦ ਬਾਕੀ ਮੈਂ ਤਾਂ ਕੀ ਕਹਿ ਸਕਦਾ ਕਹਿੰਦੇ ਅੱਛਾ ਕੱਲ ਕੀ ਕਰਦਾ ਸਵੇਰੇ ਜੀ ਮੈਂ ਕਿਹਾ ਵਿਹਲਾ ਹੀ ਹੈ ਚੰਡੀਗੜ੍ਹ ਚੱਲੀ ਮੇਰੇ ਨਾਲ ਥੀਏਟਰ ਜੀ ਨਾਟਕ ਹੈ ਮੇਰਾ ਜੀ ਚੱਲ ਪੈਂਦੇ ਜੀ ਮੈਂ ਵੀ ਉਹ ਜਿਹਾ ਫਕੀਰ ਹੀ ਸੀ ਜੀ ਉਹ ਕਹਿੰਦੇ ਸਵੇਰੇ 6:45 ਆ ਜਾਈਏ ਇੱਥੇ ਇੱਥੋਂ ਚੱਲਾਂਗੇ ਟੀਚਰ ਹੋਮ ਤੋਂ ਪਹੁੰਚ ਜੂ ਮੈਂ ਸਵੇਰੇ 4 ਤਿਆਰ ਹੋ ਕੇ ਉੱਥੇ ਖੜਾ ਸੀ ਉਸ ਦਿਨ ਤੋਂ ਮੈਂ ਟੋਨੀ ਬਾਦਸ਼ ਨਾਲ ਜੁੜਿਆ ਜੀ ਤੇ ਅੱਜ ਤੱਕ ਉਹਨਾਂ ਨਾਲ ਉਸੇ ਤਰ੍ਹਾਂ ਹੀ ਜੁੜਿਆ ਹੋਇਆ ਜੀ ਸਭ ਤੋਂ ਯਾਦਗਾਰੀ ਜੇ ਆਪਾਂ ਗੱਲ ਕਰੀਏ ਜਿਹੜਾ ਮੈਨੂੰ ਅੱਜ ਤੱਕ ਮੇਰੇ ਜ਼ਿਹਨ ਚੋਂ ਨਹੀਂ ਨਿਕਲਿਆ ਜੀ ਤਾਂ ਉਹ ਮੇਰਾ ਪਸੰਦੀਦਾ ਨਾਟਕ ਮੇਰੇ ਨਾਟਕਾਂ 'ਚ ਉਹ ਹੈ ਚਰਨ ਦਾਸ ਚੋਰ ਜੀ ਪੰਜਾਬੀ 'ਚ ਉਹਦਾ ਨਾਂ ਸੀਗਾ ਅਸੀਂ ਰੱਖਿਆ ਚਰਨੀ ਚੋਰ ਜੀ ਉਹ ਵੀ ਟੋਨੀ ਬਾਦਸ਼ ਨੇ ਲਿਖਿਆ ਸੀ ਉਹ ਨਾਟਕ ਡਾਇਰੈਕਟ ਵੀ ਉਹਨਾਂ ਨੇ ਕੀਤਾ ਸੀ ਜੀ ਜੀ ਉਹਦੇ 'ਚ ਮੇਰਾ ਚਰਨੀ ਚੋਰ ਦੇ ਰੋਲ ਸੀ ਜੀ ਲਗਭਗ 3 ਘੰਟਿਆਂ ਦਾ ਨਾਟਕ ਸੀ ਫੁੱਲ ਲੈਂਥ ਪਲੇ 450 ਡਾਇਲੋਗ ਹੋਣਗੇ ਮੇਰੇ ਜਿਹੜੇ ਮੈਨੂੰ ਯਾਦ ਕਰਨੇ ਪਏ ਸੀ ਜੀ ਫਿਰ ਤਾਂ ਗੁਰਪ੍ਰੀਤ ਜੀ ਥੀਏਟਰ ਦੇ ਵਿੱਚ ਤੁਸੀਂ ਪੂਰਾ ਆਨੰਦ ਲਿੱਤਾ ਹਾਂਜੀ ਪੂਰਾ ਆਨੰਦ ਥੀਏਟਰ ਯੂ ਕੈਨ ਸੇ ਇਟਸ ਐਡਵੈਂਚਰ ਫੋਰ ਮੀ ਜੀ ਤੇ ਜਿਵੇਂ ਅਲੱਗ ਅਲੱਗ ਐਡਵੈਂਚਰ ਕੀਤੇ ਮੈਂ ਜ਼ਿੰਦਗੀ 'ਚ ਥੀਏਟਰ ਇੱਕ ਬਹੁਤ ਵੱਡਾ ਐਡਵੈਂਚਰ ਰਿਹਾ ਮੇਰੇ ਵਾਹ ਜੀ ਵਾਹ ਤੁਹਾਡਾ ਇੱਕ ਪੱਖ ਹੋਰ ਸਾਹਮਣੇ ਆ ਰਿਹਾ ਕਿ ਤੁਸੀਂ ਐਡਵੈਂਚਰ ਵੀ ਕਰਦੇ ਹੋ ਹਾਂ ਐਡਵੈਂਚਰ ਤੁਸੀਂ ਜ਼ਿੰਦਗੀ ਦੀਆਂ ਕਾਮਨ ਚੀਜ਼ਾਂ ਵੀ ਐਡਵੈਂਚਰ ਹੋ ਸਕਦੀਆਂ ਜੀ ਹਾਂ ਇਹ ਗੱਲ ਵੱਖਰੀ ਕਿ ਮੈਂ ਜਿਹੜਾ ਜਿਹਨੂੰ ਐਡਵੈਂਚਰ ਕਿਹਾ ਜਾਂਦਾ ਸ਼ਬਦ ਐਡਵੈਂਚਰ ਯੂਜ਼ ਕੀਤੇ ਤਾਂ ਉਹ ਵੀ ਬਹੁਤ ਸੀਰੀਅਸਲੀ ਕੀਤਾ ਜੀ 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 ਉਹ ਕਿਸ ਤਰ੍ਹਾਂ ਥੋੜਾ ਜਿਹਾ ਸੰਖੇਪ ਦੇ ਵਿੱਚ ਸਾਨੂੰ ਦੱਸੋਗੇ ਉਹਦੇ ਬਾਰੇ ਕਿ ਤੁਸੀਂ ਐਡਵੈਂਚਰ ਨੂੰ ਕਿਸ ਤਰ੍ਹਾਂ ਇੰਜੋਏ ਕੀਤਾ ਜਾਂ ਕਿਸ ਕਿਸ ਢੰਗ ਨਾਲ ਤੁਸੀਂ ਐਡਵੈਂਚਰ ਨੂੰ ਲੈਂਦੇ ਹੋ ਫੋਟੋਗ੍ਰਾਫੀ ਦੇ ਵਿੱਚ ਕਰਦੇ ਹੋਏ ਮੈਨੂੰ ਬਾਹਰ ਜਾਣ ਦੀ ਅੰਦਰੋਂ ਜ਼ਰੂਰਤ ਮਹਿਸੂਸ ਹੁੰਦੀ ਹੈ ਜਿਹੜਾ ਫੋਟੋਗ੍ਰਾਫੀ ਕਰਦਾ ਕਿ ਮੈਂ ਹੋਰ ਐਕਸਪਲੋਰ ਕਰਾਂ ਜੀ ਤਾਂ ਸਾਡੇ ਇੱਥੇ ਗਰੁੱਪ ਹੈ ਆਰੋਹਨ ਜੀ ਨਿਰਲੇਪ ਭਾਜੀ ਅਸੀਂ ਕਹਿੰਦੇ ਹਾਂ ਉਹਨਾਂ ਨੇ ਇਹ ਗਰੁੱਪ ਬਣਾਇਆ ਸੀ ਆਰੋਹਨ ਉਹ ਟਰੈਕਿੰਗ 'ਤੇ ਜਾਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਜੀ ਉਹਨਾਂ ਦੀ ਦੇਖੇ ਦੇਖੀ ਮੈਂ ਹਰਦਰਸ਼ਨ ਸੋਹਲ ਅਤੇ ਉਦੋਂ ਬਾਅਦ ਬਾਕੀ ਕਈ ਸਾਥੀ ਮਿਲਦੇ ਗਏ ਨਾਲ ਚਮਕੌਰ ਸਿੰਘ ਅਸੀਂ ਟਰੈਕਿੰਗ 'ਤੇ ਜਾਣਾ ਸ਼ੁਰੂ ਕੀਤਾ ਮੇਰਾ ਖਾਸ ਦੋਸਤ ਹੈ ਮਿਥੁਨ ਮੰਡਲ ਜੀ ਟਰੈਕਿੰਗ ਕੀਤੀ ਪਹਿਲਾਂ ਤਾਂ ਐਡਵੈਂਚਰ 'ਚ ਟਰੈਕਿੰਗ ਦੇ ਵਿੱਚ ਅਸੀਂ ਨੇੜੇ ਤੇੜੇ ਦਾ ਕੋਈ ਟਰੈਕ ਨਹੀਂ ਛੱਡਿਆ ਜੀ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਦੇ ਜਿੰਨੇ ਵੀ ਅਲੱਗ ਅਲੱਗ ਟਰੈਕ ਆ ਉਹ ਕੀਤੇ ਧੌਲਾਧਾਰ ਰੇਂਜ ਦੇ ਲਗਭਗ ਸਾਰੇ ਟਰੈਕ ਕਰਤੇ ਉੱਤਰਾਖੰਡ ਜਾ ਕੇ ਵੀ ਟਰੈਕਿੰਗ ਕੀਤੀ ਟਰੈਕਿੰਗ ਦੇ ਨਾਲ ਹੀ ਦੂਜੇ ਫੀਲਡ ਵੀ ਆ ਗਏ ਫਿਰ ਸਾਡੇ ਐਡਵੈਂਚਰ ਦੇ ਰੌਕ ਕਲਾਈਮਿੰਗ ਪਹਾੜਾਂ 'ਤੇ ਚੜ੍ਹਨਾ ਸਿੱਧਾ ਚੜ੍ਹਨਾ ਅਲੱਗ ਅਲੱਗ ਟੈਕਨੀਕਸ ਨਾਲ ਚੜ੍ਹਨਾ ਫਿਰ ਰੈਪਲਿੰਗ ਰੱਸੀਆਂ ਲਾ ਕੇ ਉਤਰਨਾ ਜੀ ਜੀ ਅਤੇ ਰਿਵਰ ਰਾਫਟਿੰਗ ਰਿਵਰ ਰਾਫਟਿੰਗ ਤੁਹਾਨੂੰ ਪਤਾ ਆਪਦੇ ਆਪ 'ਚ ਬੜਾ ਐਡਵੈਂਚਰਸ ਖੇਡ ਹੈ ਜੀ ਜੀ ਅਤੇ ਪੂਰੀਆਂ ਉਫਾਨ 'ਚ ਆਈ ਹੁੰਦੀ ਹੈ ਨਦੀ ਜਦੋਂ ਉਹਦੇ 'ਚ ਖੇਡਦੇ ਹਾਂ ਅਸੀਂ ਕਿਸ਼ਤੀਆਂ 'ਚ ਬੜਾ ਸਵਾਦ ਆਉਂਦਾ ਜੀ ਜੀ ਅਤੇ ਇਸ ਤੋਂ ਬਿਨਾਂ ਰਿਵਰ ਕਰੋਸਿੰਗ ਜਾਂ ਹੋਰ ਜਿੰਨੇ ਵੀ ਟਰੈਕਿੰਗ ਦੇ ਜਿੰਨੇ ਵੀ ਐਡਵੈਂਚਰ ਦੇ ਪੱਖ ਹੈ ਉਹ ਸਾਰੇ ਕੀਤੇ ਅਤੇ ਜਿਹੜਾ ਇਹਦੇ 'ਚ ਮੈਨੂੰ ਤਸੱਲੀ ਹੁੰਦੀ ਉਹ ਇਹ ਕਿ ਖੁਦ ਨਾ ਕਰਕੇ ਇਕੱਲਾ
ਅਸੀਂ ਆਪਦਾ ਮੋਟਿਵ ਬਣਾਇਆ ਹੋਇਆ ਇੱਥੇ, ਅਸੀਂ ਸੁਸਾਇਟੀ ਬਣਾਈ ਹੋਈ ਹੈ ਬਠਿੰਡੇ ਆਪਦੀ, ਉਸ ਸੁਸਾਇਟੀ ਦੇ ਥਰੂ ਅਸੀਂ ਕਰਵਾਉਂਦੇ ਹਾਂ ਟ੍ਰੈਕਿੰਗ, ਬੱਚਿਆਂ ਨੂੰ ਯੂਥ ਨੂੰ ਜੋੜਦੇ ਹਾਂ ਟ੍ਰੈਕਿੰਗ ਨਾਲ ਅਤੇ ਐਡਵੈਂਚਰ ਨਾਲ, ਤਾਂ ਕਿ ਉਹ ਨਸ਼ਿਆਂ ਤੋਂ ਜਾਂ ਇਹਨਾਂ ਅਲੱਗ ਅਲੱਗ ਬੁਰੀਆਂ ਚੀਜ਼ਾਂ ਤੋਂ ਬਚੇ। ਜੀ ਜੀ, ਇਟ ਮੀਨਸ ਕਿ ਤੁਸੀਂ ਐਡਵੈਂਚਰ ਦੇ ਨਾਲ ਨਾਲ ਜੋ ਸੋਸ਼ਲ ਕੰਮ ਵੀ ਤੁਹਾਡੇ ਇਹਦੇ ਨਾਲ ਨਾਲ ਚੱਲਦੇ ਰਹਿੰਦੇ। ਹਾਂਜੀ, ਸੋਸ਼ਲ ਇਸ਼ੂਸ 'ਤੇ ਗੱਲਬਾਤ ਵੈਸੇ ਵੀ ਚੱਲਦੀ ਰਹਿੰਦੀ ਹੈ ਅਤੇ ਇਸ ਫੀਲਡ ਨਾਲ ਵੀ ਚੱਲਦੀ ਰਹਿੰਦੀ ਹੈ। ਜੀ ਜੀ, ਕੁਛ ਵੀ ਸਮਾਜ 'ਚ ਹੋ ਰਿਹਾ ਹੋਵੇ ਉਹਦੇ ਵਿਰੁੱਧ ਬੋਲਣਾ ਮੈਂ ਆਪਣਾ ਫਰਜ਼ ਸਮਝਦਾ। ਜੀ, ਸਟੂਡੈਂਟ ਲਾਈਫ ਤੋਂ ਹੀ ਸਟੂਡੈਂਟ ਪੋਲੀਟਿਕਸ ਨਾਲ ਜੁੜੇ ਹੋਣ ਕਰਕੇ ਜੀ ਸੜਕਾਂ 'ਤੇ ਉਤਰਨਾ ਕੋਈ ਨਵੀਂ ਗੱਲ ਨਹੀਂ ਮੇਰੇ ਲਈ। ਜੀ ਜੀ, ਅਤੇ ਹੁਣ ਵੀ ਭਾਵੇਂ ਉਹ ਕਿਸਾਨਾਂ ਦਾ ਮੁੱਦਾ ਸੀ ਜਾਂ ਜੋ ਅੱਜ ਫਿਰਕਾ ਪ੍ਰਸਤੀ ਦੇ ਦੌਰ 'ਚ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜੀ ਜੀ, ਇਹਨਾਂ ਦੇ ਖਿਲਾਫ਼ ਵੀ ਅਸੀਂ ਸੜਕਾਂ 'ਤੇ ਵੀ ਉਤਰਦੇ ਰਹੇ ਹਾਂ। ਜੀ, ਮਜ਼ਦੂਰਾਂ ਦੇ ਸੰਘਰਸ਼ 'ਚ ਵੀ ਜਾਂ ਉਦੋਂ ਪਹਿਲਾਂ ਵੀ। ਜੀ ਗੁਰਪ੍ਰੀਤ ਜੀ, ਮੈਂ ਇਹ ਦੇਖ ਰਿਹਾ ਸੀਗਾ ਕਿ ਸੂਖਮ ਕਲਾਵਾਂ ਦੇ ਨਾਲ ਨਾਲ ਤੁਸੀਂ ਜੋਖਮ ਭਰੇ ਕੰਮ ਵੀ ਨਾਲ ਨਾਲ ਤੁਹਾਡੇ ਚੱਲਦੇ ਰਹਿੰਦੇ ਨੇ। ਮੈਂ ਹੁਣ ਅਗਲੀ ਗੱਲ ਇਹ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਅਸੀਂ ਅਕਸਰ ਦੇਖਿਆ ਕਿ ਕਈ ਆਰਟਿਸਟ ਜੋ ਹੈ ਉਹ ਜਿਹਨੂੰ ਅਸੀਂ ਲਾਈਵ ਪਰਫੋਰਮੈਂਸ ਕਹਿੰਦੇ ਹੈਗੇ ਹਾਂ, ਲਾਈਵ ਪਰਫੋਰਮੈਂਸ ਕਰਦੇ ਹੈਗੇ ਨੇ, ਕਿ ਤੁਸੀਂ ਵੀ ਕਦੇ ਇਸ ਤਰ੍ਹਾਂ ਦਾ ਕੋਈ ਲਾਈਵ ਪਰਫੋਰਮੈਂਸ ਕੀਤੀ ਹੈ ਜੋ ਮਤਲਬ ਕਿ ਲੋਕਾਂ ਦੇ ਸਾਹਮਣੇ ਚਿੱਤਰ ਬਣਾਉਂਦੇ ਹੈ, ਉਸ ਤਰ੍ਹਾਂ ਦਾ ਕੋਈ ਤੁਹਾਡਾ ਐਕਸਪੀਰੀਅੰਸ? ਜੀ, ਬਹੁਤ ਵਾਰੀ। ਜੀ, ਇੱਕ ਮੇਰਾ ਜਿਹੜਾ ਮੈਨੂੰ ਭੁੱਲਦੀ ਨਹੀਂ ਉਹ ਹੈ ਗੁਰਸ਼ਰਨ ਭਾਈ ਮੰਨਾ ਸਿੰਘ ਜੀ, ਉਹਨਾਂ ਦੀ ਯਾਦ 'ਚ ਇੱਥੇ ਨਾਟਕ ਮੇਲਾ ਕੀਤਾ ਗਿਆ ਸੀ। ਜੀ, ਉਹਨਾਂ ਦੀਆਂ ਦੋਨੇ ਬੇਟੀਆਂ ਆਈਆਂ ਸੀ, ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਸੀ। ਉਦੋਂ ਮੈਂ ਸਟੇਜ ਦੇ ਉੱਤੇ ਲਗਭਗ 6 ਫੁੱਟ ਬਾਏ 4 ਫੁੱਟ ਦੀ ਪੇਂਟਿੰਗ ਬਣਾਈ ਸੀ ਜੀ, ਗੁਰਸ਼ਰਨ ਸਿੰਘ ਦਾ ਪੋਰਟਰੇਟ ਬਿਨਾਂ ਕੋਈ ਬਰੱਸ਼ ਯੂਜ਼ ਕੀਤੇ ਸਿੱਧਾ ਹੱਥ 'ਤੇ ਰੰਗ ਲਗਾ ਕੇ ਜੀ ਬਣਾਇਆ ਸੀ, 8 ਮਿੰਟਾਂ 'ਚ ਸ਼ਾਇਦ ਬਣੀ ਸੀ। ਜੀ ਜੀ, ਫਿਰ ਰਵਿੰਦਰਨਾਥ ਟੈਗੋਰ ਦੀ ਪੇਂਟਿੰਗ ਦਾ ਬੜੀ ਬਣਾ ਕੇ ਆਇਆ ਸੀ ਜੀ ਸਟੇਜ 'ਤੇ, ਉਹਨਾਂ ਦੀ 100ਵੀਂ 150ਵੀਂ ਜਯੰਤੀ ਸੀ ਜੀ। ਇਸ ਤੋਂ ਬਿਨਾਂ ਪਿੱਛੇ ਜੇ ਜਦੋਂ ਅਸੀਂ ਅੰਦੋਲਨ ਕੀਤਾ ਵੱਖ ਵੱਖ ਥਾਂ 'ਤੇ, ਬੜੇ ਸਾਡੇ ਬੁੱਧੀਜੀਵੀਆਂ ਨੂੰ ਮਾਰਿਆ ਜਾ ਰਿਹਾ ਇੱਕ ਬੜੇ ਆਯੋਜਿਤ ਢੰਗ ਨਾਲ, ਉਹਦੇ ਖਿਲਾਫ਼ ਆਵਾਜ਼ ਦੀ ਆਜ਼ਾਦੀ ਲਈ ਇੱਕ ਰੋਸ਼ਨੀਆਂ ਦਾ ਪਹਿਰਾ ਇਸ ਨਾਮ 'ਤੇ ਅਸੀਂ ਮਾਰਚ ਕੀਤਾ ਸੀ ਜੀ। ਉਦੋਂ ਚੌਂਕ 'ਚ ਖੜ੍ਹੇ ਹੋ ਕੇ ਵੀ ਪੇਂਟਿੰਗ ਬਣਾਈ ਕਾਫੀ ਵੱਡੀ ਜੀ। ਗੁਰਪ੍ਰੀਤ ਜੀ, ਹੁਣ ਤੱਕ ਤੁਸੀਂ ਜੋ ਕੰਮ ਕੀਤਾ ਪੇਂਟਿੰਗ ਦੇ ਵਿੱਚ ਕੀਤਾ, ਐਡਵੈਂਚਰ ਕੀਤੇ, ਥੀਏਟਰ ਕੀਤਾ, ਉਹਦੇ ਲਈ ਤੁਹਾਨੂੰ ਬਹੁਤ ਸਾਰੇ ਸਨਮਾਨ ਵੀ ਮਿਲੇ ਨੇ। ਮੈਂ ਚਾਹੁੰਦਾ ਕਿ ਉਹ ਜੋ ਤੁਹਾਨੂੰ ਸਨਮਾਨ ਮਿਲੇ ਨੇ ਉਹਨਾਂ ਦਾ ਜ਼ਿਕਰ ਆਪਾਂ ਦਰਸ਼ਕਾਂ ਨਾਲ ਵੀ ਸਾਂਝਾ ਕਰੀਏ। ਦੇਖੋ ਬੰਟੀ ਜੀ, ਗੱਲ ਇਹ ਹੈ ਕਿ ਅਤੇ ਪਿਆਰੇ ਦਰਸ਼ਕੋ, ਕਿ ਸਭ ਤੋਂ ਵੱਡਾ ਸਨਮਾਨ ਕਿਸੇ ਵੀ ਕਲਾਕਾਰ ਲਈ ਦਰਸ਼ਕ ਹੁੰਦੇ ਆ। ਜਿਵੇਂ ਕਿਸੇ ਸਿੰਗਰ ਨੂੰ ਸੁਣ ਕੇ ਦਰਸ਼ਕ ਜਦੋਂ ਤਾੜੀਆਂ ਮਾਰਦੇ ਆ ਤਾਂ ਉਦੋਂ ਵੱਡਾ ਸਨਮਾਨ ਨਹੀਂ ਹੁੰਦਾ ਜੀ, ਜਾਂ ਜਦੋਂ ਕੋਈ ਕਲਾਕਾਰ ਆਪਦੀ ਗੱਲ ਪਹੁੰਚਦੀ ਕਰਦੇ ਔਰ ਉਹਨੂੰ ਇਹ ਪਤਾ ਲੱਗ ਜਾਏ ਕਿ ਮੇਰੀ ਗੱਲ ਕੀਤੀ ਵੀ ਪਹੁੰਚਦੀ, ਉਹ ਸਭ ਤੋਂ ਵੱਡਾ ਸਨਮਾਨ ਹੁੰਦਾ ਅਤੇ ਮੈਨੂੰ ਇਹ ਸਨਮਾਨ ਬਹੁਤ ਮਿਲਿਆ ਜੀ। ਅਤੇ ਇਸ ਤੋਂ ਬਿਨਾਂ ਜਿਹੜੇ ਸਨਮਾਨ ਹੈ, ਜਿਵੇਂ ਲਲਿਤ ਕਲਾ ਅਕਾਡਮੀ ਦਾ ਇਸ ਸਾਲ ਦਾ ਪੰਜਾਬ ਸਟੇਟ ਦਾ ਬੈਸਟ ਆਰਟਿਸਟ ਅਵਾਰਡ ਮਿਲਿਆ ਮੈਨੂੰ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਜਿੱਥੋਂ ਹੋਈ ਸੀ ਉਹ ਵਿਸ਼ਵ ਸਿੱਖ ਸੰਮੇਲਨ 'ਤੇ 1995 'ਚ ਅੰਮ੍ਰਿਤਸਰ ਵਿੱਚ ਹੋਇਆ ਜੀ, ਉਹਦੇ ਉੱਥੇ ਮੇਰਾ ਸਨਮਾਨ ਕੀਤਾ ਗਿਆ ਸੀ ਮਨਜੀਤ ਸਾਹਿਬ ਵਿਖੇ ਜੀ, ਅਤੇ ਬੈਂਕ ਆਫ ਪੰਜਾਬ ਦੇ ਵਿੱਚ ਅਵਾਰਡ ਲਿੱਤਾ ਮੈਂ, ਫਿਰ ਫਾਈਨ ਆਰਟਸ ਸੁਸਾਇਟੀ ਅਮੈਰੀਕਾ ਵਿੱਚ ਮੇਰਾ ਪੋਰਟਰੇਟ 2nd ਪ੍ਰਾਈਜ਼ ਲਿੱਤਾ ਪੋਰਟਰੇਟ ਨੇ ਜੀ। ਫਿਰ ਇਸ ਤੋਂ ਬਿਨਾਂ
ਫੋਟੋਗ੍ਰਾਫੀ ਦੇ ਵਿੱਚ ਕਈ ਅਵਾਰਡਸ ਮਿਲੇ ਜੀ। NDTV ਨੇ ਮੌਨਸੂਨ ਫੋਟੋਗ੍ਰਾਫੀ ਕੰਟੈਸਟ ਕਰਾਇਆ ਸੀ, ਉਹਦੇ ਵਿੱਚ 4th ਨੰਬਰ ਤੇ ਰਹੀ ਫੋਟੋ ਮੇਰੀ ਜੀ। ਏਸ਼ੀਆ ਵਿਜ਼ਨ ਨੇ ਫੋਟੋਗ੍ਰਾਫੀ ਕੰਟੈਸਟ ਕਰਾਇਆ ਸੀ, ਉਹਦੇ ਵਿੱਚ ਅਵਾਰਡ ਆਇਆ ਮੇਰਾ ਜੀ ਜੀ। ਸੋਭਾ ਸਿੰਘ ਸੁਸਾਇਟੀ ਬਠਿੰਡਾ ਉਹਨਾਂ ਨੇ ਸਨਮਾਨਿਤ ਕੀਤਾ, ਕਲਪਨਾ ਫਾਈਨ ਆਰਟ ਸੁਸਾਇਟੀ 'ਚ ਆਇਆ, ਲੁਧਿਆਣੇ ਅਵਾਰਡ ਆਇਆ, ਮਤਲਬ ਅਵਾਰਡ ਤਾਂ ਰੈਗੂਲਰ ਚੱਲਦੇ ਰਹਿੰਦੇ ਸਨ ਜੀ। ਇੱਕ ਚੀਜ਼ ਉਹ ਹੈ ਕਿ ਜੇ ਤੁਹਾਨੂੰ ਅਵਾਰਡ ਵੀ ਮਿਲੇ, ਤੁਹਾਡੇ ਕੰਮ ਨੂੰ ਸਰਾਹਿਆ ਵੀ ਗਿਆ, ਉਹ ਸਰਾਹਿਆ ਜਾ ਰਿਹਾ ਹੈ, ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ 'ਤੇ ਜਿੰਨਾ ਸ਼ਖਸੀਅਤਾਂ ਦਾ ਪ੍ਰਭਾਵ ਰਿਹਾ, ਕੀ ਤੁਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੋਗੇ ਇਸ ਪ੍ਰੋਗਰਾਮ ਦੇ ਵਿੱਚ, ਜੋ ਤੁਹਾਡੇ ਗੁਰੂ ਰਹੇ ਨੇ ਜਾਂ ਜਿਨ੍ਹਾਂ ਤੋਂ ਤੁਸੀਂ ਕੁਛ ਨਾ ਕੁਛ ਸਿੱਖਿਆ? ਬਿਲਕੁਲ ਜੀ, ਉਹਨਾਂ ਬਿਨਾਂ ਤਾਂ ਪੰਜਾਬੀ 'ਚ ਵੀ ਕਹਾਵਤ ਹੈ, ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ ਜੀ ਜੀ। ਗੁਰੂਆਂ ਤੋਂ ਬਿਨਾਂ ਤਾਂ ਵੈਸੇ ਹੀ ਆਪਾਂ ਅਧੂਰੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੇਰੀ ਮਾਂ ਮੈਨੂੰ ਸਾਨੂੰ ਸਰੀਰਕ ਤੌਰ 'ਤੇ ਪਿਛਲੇ ਸਾਲ ਛੱਡ ਗਈ ਜੀ, ਉਹ ਮੇਰੀ ਪਹਿਲੀ ਗੁਰੂ ਜੀ। ਫਿਰ ਮੇਰੀ ਭੈਣ ਮੇਰੀ ਗੁਰੂ ਵੱਡੀ ਡਾਕਟਰ ਤਰਸ਼ਿੰਦਰ ਕੌਰ ਜੀ, ਪੰਜਾਬੀ ਦੇ ਲੇਖਕ ਹੈ ਉਹ, ਅਤੇ ਮੋਗੇ ਇਸ ਟਾਈਮ ਪੜ੍ਹਾ ਰਹੇ ਆ ਗੁਰੂ ਨਾਨਕ ਕਾਲਜ ਮੋਗਾ ਵਿੱਚ ਐਜ਼ ਅ ਪੰਜਾਬੀ ਪ੍ਰੋਫੈਸਰ ਜੀ। ਉਹ ਤੋਂ ਬਾਅਦ ਫਿਰ ਪੇਂਟਿੰਗ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਯੋਗਦਾਨ ਸੀ ਉਹ ਸੋਭਾ ਸਿੰਘ ਸੁਸਾਇਟੀ ਦਾ ਬਠਿੰਡੇ ਜੀ। ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਨੇ ਪਹਿਲੀ ਵਾਰੀ ਦਿੱਤਾ ਸਟੇਜ ਕਿ ਆਹ ਪੇਂਟਿੰਗ ਹੁੰਦੀਆਂ ਜਾਂ ਐਗਜੀਬਿਸ਼ਨ ਦੇ ਵਿੱਚ ਮੇਰੇ ਮਾਰਕਸ ਲੱਗੀਆਂ। ਉਸ ਤੋਂ ਬਾਅਦ ਫਿਰ ਸੋਭਾ ਸਿੰਘ ਸੁਸਾਇਟੀ ਦੇ ਵੱਖ ਵੱਖ ਚਿੱਤਰਕਾਰ ਹੈ ਜਿਹਨਾਂ ਗੇਮ ਨੂੰ ਪੇਂਟਿੰਗ ਕਰਦੇ ਦੇਖ ਕੇ ਮੈਨੂੰ ਚੰਗਾ ਲੱਗਦਾ ਸੀ, ਅਮਰਜੀਤ ਸਿੰਘ ਪੇਂਟਰ ਹੈ, ਸੋ ਹਰਦਰਸ਼ਨ ਸੋਹਲ ਹੈ, ਸਰਦਾਰ ਸੋਹਨ ਸਿੰਘ ਜੀ ਹੈ, ਹਰੀ ਜੀ ਹੈ, ਕਾਫੀ ਮਿੱਤਰ ਵੀ ਨੇ ਉਹ ਸਾਰੇ ਜੀ। ਪਰ ਜਦੋਂ ਮੈਨੂੰ ਲੱਗਿਆ ਕਿ ਪਹਿਲੇ ਗੁਰੂ ਪੇਂਟਿੰਗ 'ਚ ਨਹੀਂ, ਉਹ ਮੇਰੇ ਥੀਏਟਰ 'ਚ ਬਣੇ ਤੇ ਟੋਨੀ ਬਾਤਿਸ਼, ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਘਟਨਾ ਵੀ ਸੁਣਾ ਚੁੱਕਿਆ ਤੋਂ ਜੀ ਜੀ। ਟੋਨੀ ਬਾਤਿਸ਼ ਜੀ ਮੇਰੇ ਉਸਤਾਦ ਥੀਏਟਰ ਦੇ ਵਿੱਚ ਜੀ। ਫਿਰ ਪਟਿਆਲੇ ਸਿਧਾਰਥ, ਪਟਿਆਲੇ ਸਾਗਰ ਸਾਹਿਬ ਹੁੰਦੇ ਸੀ, ਸਕਲਪਟਰ ਸੀ ਬੜੇ ਫੇਮਸ, ਉਹ ਉਸਤਾਦ ਰਹੇ। ਇੱਕ ਵਾਰੀ ਬਿਲਕੁਲ ਮੈਂ ਆਰਟ ਕਰਨਾ ਛੱਡਤਾ ਸੀ, ਪੇਂਟਿੰਗ ਕਰਨੀ ਛੱਡਤੀ ਸੀ, ਉਹਨਾਂ ਨੇ ਐਂ ਜਿਵੇਂ ਕੋਈ ਬਹੁਤ ਵੱਡਾ ਉਸਤਾਦ ਕਰਦਾ ਕਿ ਆਹ ਚੱਕ ਬਰੱਸ਼ ਤੇ ਮੈਂ ਦੇਖਦਾ ਕਿ ਆਪਣੇ ਆਪ ਹੀ ਪੇਂਟਿੰਗ ਖੋਲਦਾ ਜੀ। ਅਤੇ ਇਹਨਾਂ ਤੋਂ ਬਿਨਾਂ ਫੋਟੋਗ੍ਰਾਫੀ ਲਈ ਮੇਰੇ ਦੋ ਉਸਤਾਦ ਮੈਂ ਮੰਨਦਾ, ਦੋ ਜਣਿਆਂ ਨੂੰ, ਨਿਰਲੇਪ ਸਿੰਘ ਜੀ ਬਠਿੰਡੇ ਤੋਂ ਬੜੇ ਉਮਦਾ ਫੋਟੋਗ੍ਰਾਫਰ ਨੇ, ਖਾਸ ਤੌਰ 'ਤੇ ਨੇਚਰ ਫੋਟੋਗ੍ਰਾਫੀ ਦੇ, ਬੜੇ ਕਮਾਲ ਦੀ ਸ਼ਖਸੀਅਤ ਨੇ ਸਭ ਤਰ੍ਹਾਂ ਨਾਲ, ਕੰਪਲੀਟ ਪਰਸਨ ਕਹਿ ਸਕਦਾ ਮੈਂ ਉਹਨਾਂ ਨੂੰ। ਅਤੇ ਡਾਕਟਰ ਸੁਭਾਸ਼ ਪਰਿਹਾਰ, ਉਹ ਸ਼ਾਇਦ ਪੰਜਾਬ ਦੇ ਜੇ ਸਿਰਮੌਰ ਇੰਟਲੈਕਚੁਅਲ ਬੰਦਿਆਂ ਦੀ ਗੱਲ ਕਰਨੀ ਹੋਵੇ ਦੱਸ ਤਾਂ ਮੈਂ ਉਹਨਾਂ ਨੂੰ ਟੌਪ 'ਤੇ ਰੱਖੂੰਗਾ ਜੀ। ਫਿਰ ਲਿਟਰੇਚਰ ਨਾਲ ਬਠਿੰਡੇ ਬੜੇ ਸਾਰੇ ਉਸਤਾਦ ਲੋਕ ਹੈਗੇ ਨੇ, ਡਾਕਟਰ ਸ਼ੁਭ ਟਿਮਰਾੜ ਹੈ, ਡਾਕਟਰ ਮਾੜ ਹੈ ਇੱਥੋਂ ਦੀ ਸਿਹਤ ਸਭਾ, ਅਤੇ ਹੁਣ ਜਿਨ੍ਹਾਂ ਦੇ ਅੰਡਰ ਮੈਂ ਕੰਮ ਕਰ ਰਿਹਾ ਦਿੱਲੀ ਤੋਂ, ਸਿਧਾਰਥ ਆਰਟਿਸਟ, ਕਮਾਲ ਦੇ ਚਿੱਤਰਕਾਰ, ਕਮਾਲ ਦੇ ਫਿਲੋਸਫਰ, ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਜੀ। ਗੁਰਪ੍ਰੀਤ ਜੀ, ਸ਼ੁਕਰੀਆ ਹਰਮਨ ਟੀਵੀ ਵੀ ਤੁਹਾਡਾ ਕਰਦਾ ਕਿ ਤੁਸੀਂ ਹਰਮਨ ਟੀਵੀ ਲਈ, ਹਰਮਨ ਟੀਵੀ ਦੇ ਦਰਸ਼ਕਾਂ ਲਈ ਇੰਨਾ ਟਾਈਮ ਕੱਢਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਰੂਬਰੂ ਹੋਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਔਰ ਆਪਣੀ ਕਲਾ ਬਾਰੇ, ਆਪਣੀਆਂ ਸੂਖਮ ਕਲਾਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵੀ ਧੰਨਵਾਦ ਕਰਦਾ ਜੀ ਤੁਹਾਡਾ, ਹਰਮਨ ਟੀਵੀ ਦਾ ਅਤੇ ਹਰਮਨ ਟੀਵੀ ਦੇ ਸਾਰੇ ਦਰਸ਼ਕਾਂ ਦਾ। ਅਤੇ ਮੈਂ ਹਰਮਨ ਟੀਵੀ ਨੂੰ ਤੋਂ ਇਹ ਆਸ ਕਰਦਾ ਕਿ ਉਹ ਇਸੇ ਤਰ੍ਹਾਂ ਅਦਬੀ ਸਫ਼ਰ ਜਾਰੀ ਰੱਖਣਗੇ ਅਤੇ ਇਸ ਤਰ੍ਹਾਂ ਹੀ ਸਾਡੇ ਸਨਮੁੱਖ ਹੋਰ ਕਲਾਕਾਰਾਂ ਨੂੰ
ਹੋਰ ਚਿੱਤਰਕਾਰਾਂ ਨੂੰ, ਸੰਗੀਤਕਾਰਾਂ ਨੂੰ ਲਿਆਉਂਦੇ ਰਹਿਣਗੇ। ਬਹੁਤ ਬਹੁਤ ਧੰਨਵਾਦ। ਤਾਂ ਦੋਸਤੋ, ਮੈਨੂੰ ਉਮੀਦ ਹੈ ਕਿ ਅੱਜ ਦੀ ਜੋ ਇੰਟਰਵਿਊ ਚੱਲ ਰਹੀ ਸੀ ਤੁਸੀਂ ਉਸਦਾ ਆਨੰਦ ਮਾਣਿਆ ਹੋਏਗਾ। ਔਰ ਜਿਸ ਤਰ੍ਹਾਂ ਕਿ ਗੁਰਪ੍ਰੀਤ ਨੇ ਜ਼ਿਕਰ ਕੀਤਾ ਕਿ ਉਹ ਲਾਈਵ ਪਰਫੋਰਮੈਂਸ ਵੀ ਦੇ ਚੁੱਕੇ ਨੇ, ਮੈਂ ਚਾਹੁੰਦਾ ਕਿ ਅਸੀਂ ਸਾਰੇ ਵੀ ਉਹਨਾਂ ਦੀ ਲਾਈਵ ਪਰਫੋਰਮੈਂਸ ਦਾ ਆਨੰਦ ਮਾਣੀਏ। ਤਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਬੰਟੀ ਅਗਨੋਤਰੀ ਨੂੰ ਦਿਓ ਇਜਾਜ਼ਤ, ਅਤੇ ਆਓ ਆਪਾਂ ਆਨੰਦ ਮਾਣਦੇ ਹਾਂ ਗੁਰਪ੍ਰੀਤ ਜੀ ਦੀ ਲਾਈਵ ਪਰਫੋਰਮੈਂਸ ਦਾ। ਬਹੁਤ ਬਹੁਤ ਧੰਨਵਾਦ। ਸਵੇਰ ਨਾਪਦਾ ਹਾਂ ਚੜ੍ਹਦੇ ਸੂਰਜ ਦੀ ਪਿਲੱਤੜ ਦੇ ਨਾਲ, ਮੈਂ ਸਵੇਰ ਨਾਪਦਾ ਹਾਂ ਚੜ੍ਹਦੇ ਸੂਰਜ ਦੀ ਪਿਲੱਤੜ ਦੇ ਨਾਲ, ਮੈਂ ਦੁਪਹਿਰ ਮਹਿਸੂਸ ਕਰਦਾ ਹਾਂ ਆਪਣੇ ਸਿਰ ਦੀ ਤਪਿਸ਼ ਤੋਂ,
ਮੈਂ ਦੁਪਹਿਰ ਮਹਿਸੂਸ ਕਰਦਾ ਹਾਂ ਆਪਣੇ ਸਿਰ ਦੀ ਤਪਿਸ਼ ਤੋਂ, ਮੈਂ ਸ਼ਾਮ ਦੀ ਲਾਲੀ ਆਪਣੀਆਂ ਅੱਖਾਂ 'ਚ ਤੱਕਦਾ ਹਾਂ, ਮੈਂ ਸ਼ਾਮ ਦੀ ਲਾਲੀ ਆਪਣੀਆਂ ਅੱਖਾਂ 'ਚ ਤੱਕਦਾ ਹਾਂ, ਤੇ ਰਾਤ ਤਾਰਿਆਂ ਨੂੰ ਪਲਕਾਂ 'ਤੇ ਮਿਰਚਾਂ ਵਾਂਗ ਰੜਕਾਉਂਦਾ ਹਾਂ, ਤੇ ਰਾਤ ਤਾਰਿਆਂ ਨੂੰ ਪਲਕਾਂ 'ਤੇ ਮਿਰਚਾਂ ਵਾਂਗ ਰੜਕਾਉਂਦਾ ਹਾਂ, ਮੈਂ ਦਿਵਸ ਰਾਤ ਦੇ ਗੇੜਿਆਂ ਨਾਲ ਆਪ ਘੁੰਮਦਾ ਹਾਂ, ਮੈਂ ਦਿਵਸ ਰਾਤ ਦੇ ਗੇੜਿਆਂ ਨਾਲ ਆਪ ਘੁੰਮਦਾ ਹਾਂ, ਮੇਰੇ ਦੋਸਤਾ ਮੈਂ ਵਕਤ ਨੂੰ ਕੁਝ ਇਸ ਤਰ੍ਹਾਂ ਨਾਪਦਾ ਹਾਂ, ਮੇਰੇ ਦੋਸਤਾ ਮੈਂ ਵਕਤ ਨੂੰ ਕੁਝ ਇਸ ਤਰ੍ਹਾਂ ਨਾਪਦਾ ਹਾਂ, ਤੇ ਤੂੰ ਤੂੰ ਬਸ ਗੁੱਟ ਤੇ ਬੰਨੀ ਸੁਨਹਿਰੀ ਘੜੀ ਦੇਖਦਾ ਹੈ, ਤੇ ਤੇਰਾ ਵਕਤ ਵਕਤ ਸਿਰ ਤੈਅ ਹੋ ਜਾਂਦਾ ਹੈ, ਹੁਣ ਤੂੰ ਹੀ ਦੱਸ ਅਸੀਂ ਦੋਵੇਂ ਇੱਕ ਜਗ੍ਹਾ ਇੱਕ ਘੜੀ ਕਿਸ ਤਰ੍ਹਾਂ ਇਕੱਠੇ ਹੋ ਸਕਦੇ।